ਇਹ ਚਰਚਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਦੇਸ਼ ਸਾਡਾ ਸੈਕੂਲਰ ਹੈ। ਜਦੋਂ ਆਪਾਂ ਗੱਲ ਕਰਦੇ ਹਾਂ ਕਿ ਕਿਸੇ ਵੀ ਕਾਨੂੰਨ ਦੀ, ਕਿਸੇ ਵੀ ਧਾਰਾ ਦੀ, ਕਿਸੇ ਵੀ ਆਰਟੀਕਲ ਦੀ, ਕਿਸੇ ਵੀ ਸਹੂਲਤ ਦੀ, ਕਿਸੇ ਵੀ ਲੋਨ ਦੀ, ਤਾਂ ਹਰ ਕਿਸੇ ਦੇ ਲਈ ਇਕੁਅਲ ਹੈ। ਉਹ ਚਾਹੇ ਹਿੰਦੂ ਹੋਵੇ, ਉਹ ਚਾਹੇ ਮੁਸਲਮਾਨ ਹੋਵੇ, ਚਾਹੇ ਸਿੱਖ ਹੋਵੇ, ਜਾਂ ਕਿਸੇ ਵੀ ਜਾਤ ਧਰਮ ਦਾ ਹੋਵੇ। ਤਾਂ ਇਸ ਕਰਕੇ ਇਸ ਚਰਚਾ ਦੀ ਬਹੁਤ ਜ਼ਰੂਰਤ ਵੀ ਮਹਿਸੂਸ ਆਉਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਦੇਸ਼ ਦੇ ਵਿੱਚ ਸਭ ਤੋਂ ਵੱਧ ਜਿਹੜੀ ਪਰਸੈਂਟੇਜ ਹਿਸਾਬ ਨਾਲ ਦਲਿਤ ਆਬਾਦੀ ਹੈ ਉਹ ਪੰਜਾਬ ਦੇ ਵਿੱਚ ਹੈ। ਇਸ ਕਰਕੇ ਇੱਥੇ ਵੀ ਇੰਪੋਰਟੈਂਟ ਹੋ ਜਾਂਦੀ ਹੈ, ਹਾਲਾਂਕਿ ਇਹ ਮੁੱਦਾ ਘੱਟ ਗਿਣਤੀਆਂ ਨਾਲ ਜੁੜਿਆ ਹੋਇਆ। ਸ਼ੁਰੂਆਤ ਕਰਦਾ ਖੜਿਆਲ ਸਾਹਿਬ ਤੁਹਾਡੇ ਤੋਂ। ਦੇਖੋ, ਇੱਕ ਬਿਆਨ ਨੂੰ ਆਧਾਰ ਬਣਾ ਕੇ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ, ਤੁਹਾਡੇ ਚੋਣ ਮੈਨੀਫੈਸਟੋ ਦੇ ਵਿੱਚ ਉਗਲਾ ਕੱਢ ਕੇ ਉਹ ਡਾਇਰੈਕਟਲੀ ਤੁਹਾਡੇ ਉੱਤੇ ਕਹਿ ਰਹੇ ਨੇ ਕਿ ਜੇਕਰ ਤੁਹਾਡੀ ਸਰਕਾਰ ਬਣ ਜਾਂਦੀ ਹੈ ਤਾਂ ਤੁਸੀਂ ਆਹ ਕਰਨ ਜਾ ਰਹੇ ਹੋ, ਜੇ ਲੋਕਾਂ ਕੋਲ ਦੋ ਘਰ ਹੋਣਗੇ ਤਾਂ ਇੱਕ ਘਰ ਲੈ ਕੇ ਘੱਟ ਗਿਣਤੀਆਂ ਨੂੰ ਦੇ ਦਿੱਤਾ ਜਾਏਗਾ, ਜੇ ਤੁਹਾਡੇ ਕੋਲ ਸੋਨਾ ਹੋਏਗਾ ਉਹ ਵੀ ਪੂਰਾ ਹਿਸਾਬ ਕਿਤਾਬ ਲਗਾ ਕੇ ਉਹ ਵੀ ਘੱਟ ਗਿਣਤੀਆਂ ਨੂੰ ਦੇ ਦਿੱਤਾ ਜਾਏਗਾ। ਗੌਰਵ ਜੀ, ਮੋਦੀ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਸਾਡੇ ਦੇਸ਼ ਤੇ ਅਟੈਕ ਹੈ, ਇੱਕ ਹਮਲਾ ਹੈ ਸਾਡੇ ਸੰਵਿਧਾਨ ਤੇ, ਸਾਡੇ ਪ੍ਰੀਐਂਬਲ ਤੇ, ਸਾਡੇ ਲੋਕਤੰਤਰ ਤੇ ਇੱਕ ਹਮਲਾ ਹੈ, ਖੁੱਲੇਆਮ ਸ਼ਰੇਆਮ ਇਟ ਵਾਇਲੇਟਸ ਦਾ ਕਨਸਟੀਟਿਊਸ਼ਨ ਆਫ ਇੰਡੀਆ। ਮੈਂ ਤੁਹਾਨੂੰ ਦੱਸਦਾ ਕਿਵੇਂ। ਪ੍ਰੀਐਂਬਲ ਕੀ ਕਹਿੰਦਾ ਹੈ? ਵੀ ਦ ਪੀਪਲ ਆਫ ਇੰਡੀਆ ਸੋਸ਼ਲਿਸਟ ਸੋਵਰੇਨ ਸੈਕੂਲਰ, ਆਈ ਰਿਪੀਟ, ਸੈਕੂਲਰ ਡੈਮੋਕਰੈਟਿਕ ਰਿਪਬਲਿਕ। ਆ ਜਿਹੜੇ ਬਿਆਨ ਦਿੱਤੇ ਹੈ, ਆਰ ਦੇ ਨਾਟ ਫੁੱਲ ਆਫ ਹੇਟਰਡ? ਕਿ ਨਫ਼ਰਤ ਨਹੀਂ ਚੱਲ ਰਹੀ, ਕਿ ਨਹੀਂ ਚੱਲ ਰਿਹਾ, ਕਿ ਡਿਵਾਈਡ ਕ੍ਰੀਏਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਕਿ ਇਹ ਕਮਿਊਨਲ ਰਿਮਾਰਕ ਹੈ? ਤੇ ਮੈਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਪਹਿਲਾ ਸਵਾਲ ਇਹ ਡਿਬੇਟ ਦਾ ਪੁੱਛਣਾ ਚਾਹੁੰਦਾ ਕਿ ਘੁਸਪੈਠੀਏ ਕੌਣ ਨੇ, ਕਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ? ਮੇਰਾ ਸਵਾਲ ਨੰਬਰ ਪਹਿਲਾ, ਗੌਰਵ ਜੀ ਕਾਈਂਡਲੀ ਜਵਾਬ ਲਿਓ ਤਾਂ ਕਿ ਸਪੈਸੀਫਿਕ ਸਵਾਲਾਂ ਦੇ ਸਪੈਸੀਫਿਕ ਜਵਾਬ ਲੋਕਾਂ ਨੂੰ ਮਿਲ ਸਕਣ, ਤੇ ਲੋਕਾਂ ਨੂੰ ਪਤਾ ਲੱਗੇ ਕਿ ਇਹਨਾਂ ਦੀ ਮਾਨਸਿਕਤਾ ਕੀ ਹੈ। ਘੁਸਪੈਠੀਏ ਕੌਣ ਹੈ? ਦੂਜਾ ਸਵਾਲ ਮੇਰਾ ਜੀ, ਕਿ ਕਿਹੜੇ ਕਿਹੜੇ ਲੋਕਾਂ ਦਾ ਜ਼ਿਕਰ ਕਰ ਰਹੇ ਹੋ? ਕਿੰਨਾਂ ਦੇ ਜਵਾਕ ਜ਼ਿਆਦਾ ਹੁੰਦੇ ਹੈ ਜਿਨ੍ਹਾਂ ਦਾ ਮੋਦੀ ਸਾਹਿਬ ਜ਼ਿਕਰ ਕਰ ਰਹੇ ਸੀਗੇ? ਕੌਣ ਲੋਕ ਨੇ ਉਹ? ਤੀਜਾ, ਕਿ ਸਾਡਾ ਮੈਨੀਫੈਸਟੋ ਜਿਹੜਾ 5 ਨਿਆਂ 25 ਗਾਰੰਟੀਜ਼ ਦਾ ਜ਼ਿਕਰ ਕਰਦਾ ਹੈ, ਮੈਂ ਇਕੱਲਾ ਇਕੱਲਾ ਸ਼ਬਦ ਪੜਿਆ ਹੋਇਆ ਮੈਨੀਫੈਸਟੋ ਦਾ, ਮੈਂ ਚੈਲੰਜ ਕਰਦਾ ਜੇ ਇੱਕ ਲਫ਼ਜ਼ ਦਿਖਾ ਦੇਣ, ਕੋਈ ਮੰਗਲ ਸੂਤਰ ਬਾਰੇ ਕਿਤੇ ਲਫ਼ਜ਼ ਲਿਖਿਆ ਹੋਵੇ, ਕੋਈ ਐਸੀ ਗੱਲ ਕੀਤੀ ਹੋਵੇ ਜੋ ਮੋਦੀ ਸਾਹਿਬ ਕਰ ਰਹੇ ਸੀਗੇ, ਤੇ ਅਸੀਂ ਦੇਣਦਾਰ ਹਾਂ, ਆਈ ਵਿਲ ਕੁਇਟ ਦ ਡਿਬੇਟ। ਲੇਕਿਨ ਜੇ ਨਹੀਂ ਕਰ ਸਕੇ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਮੋਦੀ ਸਾਹਿਬ ਨੂੰ ਕੰਡੈਮ ਕਰੇ, ਇਹਨਾਂ ਦੇ ਆਪਣਾ ਮੇਕ ਸ਼ੋਰ ਕਰਨ, ਲੀਡਰਸ, ਮੈਂ ਜੋਸ਼ੀ ਸਾਹਿਬ ਨੂੰ ਕਹੂੰਗਾ ਜਿੱਥੇ ਹਾਜ਼ਰ ਨੇ, ਕਿ ਕੰਡੈਮ ਕਰਨ ਜੇ ਮੈਨੀਫੈਸਟੋ ਦੇ ਵਿੱਚ ਇਹ ਲਫ਼ਜ਼ ਨਾ ਦਿਖਾ ਸਕੇ, ਜੇ ਐਗਜ਼ਿਸਟ ਹੀ ਨਾ ਕਰਦਾ ਹੋਇਆ, ਖੁੱਲ੍ਹੇਆਮ ਚੜ੍ਹਿਆਮ ਝੂਠ ਹੋਇਆ। ਦੂਜੀ ਗੱਲ ਗੌਰਵ ਜੀ, ਕਿ ਜਦੋਂ ਇਹ ਇੰਟਰੂਡਰ ਦੀ ਗੱਲ ਕਰਦੇ, ਘੁਸਪੈਠੀ ਦੀ ਗੱਲ ਕਰਦੇ, ਮੈਨੂੰ ਨਾ ਉਹ ਯਾਦ ਆਉਂਦਾ ਹੈ ਪਾਰਲੀਮੈਂਟ 'ਚ ਬੀਜੇਪੀ ਦੇ ਜਿਹੜੇ MP ਨੇ ਇੰਡੋਰਸ ਕੀਤਾ ਸੀ ਘੁਸਪੈਠੀਏ ਨੂੰ, ਜਿਹਨੇ ਸਾਡੇ ਲੋਕਤੰਤਰ ਤੇ ਟੈਂਪਲ ਆਫ ਡੈਮੋਕ੍ਰੇਸੀ ਤੇ ਹਮਲਾ ਕੀਤਾ, ਉਦੋਂ ਤਾਂ ਤੁਸੀਂ ਕੋਈ ਕਾਰਵਾਈ ਕੀਤੀ ਨਹੀਂ। ਉਹ ਬੀਜੇਪੀ ਦੇ MP ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਸੀਗੀ, ਲੇਕਿਨ ਕਾਰਵਾਈ ਕੀਤੇ ਹੋਈ, 150 MP ਸਸਪੈਂਡ ਕਰਤੇ, ਤੇ 2 ਤਿਹਾਈ ਉਹਨਾਂ 'ਚੋਂ ਇੰਡੀਆ ਅਲਾਇੰਸ ਦੇ ਲੀਡਰ ਸੀਗੇ। ਹੁਣ ਗੌਰਵ ਜੀ, ਪਤਾ ਕੀ ਆਰਟੀਕਲ 14 ਦੀ ਤਾਂ ਜਿਹੜਾ ਦੀ ਇਹਨਾਂ ਨੇ, ਆਰਟੀਕਲ 14 ਕਹਿੰਦਾ ਰਾਈਟ ਟੂ ਇਕੁਆਲਿਟੀ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮੈਂ ਇੰਨੀ ਗੱਲ ਪੁੱਛੂੰਗਾ, ਸਰਦਾਰ ਮਨਮੋਹਨ ਸਿੰਘ ਜੀ ਦਾ ਜ਼ਿਕਰ ਕੀਤਾ ਤੁਸੀਂ, ਉਹ ਲੀਡਰ, ਉਹ ਪ੍ਰਧਾਨ ਮੰਤਰੀ ਜਿਨ੍ਹਾਂ ਨੂੰ ਦੁਨੀਆ ਲੁੱਕ ਫੋਰਵਰਡ ਕਰਦੀ ਸੀ, ਉਹਨਾਂ ਦੀ ਪੋਲਿਸੀਜ਼ ਨੂੰ, ਉਹਨਾਂ ਦੀ ਡਿਪਲੋਮੇਸੀ ਨੂੰ, ਉਹਨਾਂ ਦੀ ਲੀਡਰਸ਼ਿਪ ਨੂੰ, ਪੂਰੀ ਦੁਨੀਆ ਇਕਨੋਮਿਕ ਕ੍ਰਾਈਸਿਸ ਨੂੰ ਗੁਜ਼ਰ ਰਹੀ ਸੀ, ਜੂਝ ਰਹੀ ਸੀਗੀ, ਹਿੰਦੁਸਤਾਨ ਬਚਿਆ ਹੋਇਆ ਸੀਗਾ ਬਿਕੋਜ਼ ਆਫ ਹਿਮ, ਤੇ ਉਹਨਾਂ ਦੇ ਸਵਾਲ ਖੜੇ ਕਰਨੇ। ਸਰਦਾਰ ਮਨਮੋਹਨ ਸਿੰਘ ਜੀ ਨੇ ਜਿਹੜੀ ਗੱਲ ਕੀਤੀ ਹੈ, ਦੈਟ ਇਜ਼ ਅਬਾਊਟ ਇਕੁਇਟੇਬਲ ਡਿਸਟ੍ਰੀਬਿਊਸ਼ਨ ਸਾਰਿਆਂ ਲਈ, ਮਾਈਨੋਰਿਟੀਜ਼ ਦੀ। ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਮੈਂ ਕਹੂੰਗਾ, ਜੇ ਸਿੱਖ ਨਹੀਂ ਕੁਛ ਚੰਗਾ ਸਕਦੇ ਤੇ ਤੁਸੀਂ ਉਹਨੂੰ ਮੰਦਾ, ਸਰਦਾਰ ਮਨਮੋਹਨ ਸਿੰਘ ਜੀ ਨੂੰ ਮੰਦਾ ਕਹੋਗੇ? ਹੁਣ ਮੈਂ ਐਗਜ਼ਾਮਪਲ ਦਿੰਦਾ, 116 ਪ੍ਰੈਸ ਕਾਨਫਰੰਸਿਸ ਸਰਦਾਰ ਮਨਮੋਹਨ ਸਿੰਘ ਜੀ ਨੇ ਕੀਤੀਆਂ ਸੀ ਜਦੋਂ ਪ੍ਰਧਾਨ ਮੰਤਰੀ ਸੀਗੇ। ਦੂਜੇ ਪਾਸੇ ਨਰਿੰਦਰ ਮੋਦੀ ਜੀ ਨੇ ਕਿੰਨੀਆਂ ਪ੍ਰੈਸ ਕਾਨਫਰੰਸਿਸ ਕੀਤੀਆਂ? 0। ਦੂਜਾ, ਕਿੰਨੇ ਮੈਨੀਫੈਸਟੋ 'ਚ ਵਾਅਦੇ ਡਿਲੀਵਰ ਕੀਤੇ? 0। ਹੁਣ ਦੇਸ਼ ਇਹਨਾਂ ਨੂੰ ਕੀ ਕਰੂਗਾ?
ਜ਼ੀਰੋ। ਤੇ ਸਭ ਤੋਂ ਅਹਿਮ ਗੱਲ ਨਾ ਗੌਰਵ ਜੀ ਇਹ ਹੈ ਕਿ ਇਹ ਟਿੱਪਣੀਆਂ ਕੀ ਜਿਹੀਆਂ ਕਰਦੇ ਆ, ਮੋਦੀ ਸਾਹਿਬ ਨੇ ਪਾਰਲੀਮੈਂਟ 'ਚ ਵੀ ਕਹਿ ਤਾ ਸੀਗਾ ਕਿ ਰੇਨਕੋਟ ਪਹਿਨ ਕੇ ਨਹਾਨਾ ਕੈਸੇ ਨੇ, ਬੜੇ ਅੱਛੇ ਸੇ ਆਤੇ, ਇੱਕ ਫਾਰਮਰ ਪ੍ਰਾਈਮ ਮਿਨਿਸਟਰ ਲਈ ਇਹ ਜੇ ਸ਼ਬਦ ਵਰਤ ਰਹੇ ਠੀਕ ਹੈ, ਉਹਨਾਂ ਨੂੰ ਡਿਸਕੋਰਟ ਕਰਨਾ ਗਲਤ ਹੈ। ਮੈਂ ਤੁਹਾਡੇ ਬਿਆਨ ਤੋਂ ਇਹ ਸਮਝ ਪਾਇਆ ਤੁਸੀਂ ਕਹਿ ਰਹੇ ਹੋ ਕਿ ਇਹ ਅਕੋਰਡਿੰਗ ਟੂ ਸੰਵਿਧਾਨ ਹੀ ਟਿੱਪਣੀ ਠੀਕ ਨਹੀਂ ਹੈ, ਕਿ ਜਿਵੇਂ ਕਮਿਊਨਲ ਟਿੱਪਣੀ ਤੁਸੀਂ ਜ਼ਿਕਰ ਕਰ ਦਿੱਤਾ। ਮੈਂ ਇੱਕ ਇੱਕ ਕਰਕੇ ਸਭ ਦਾ ਰਿਐਕਸ਼ਨ ਲਵਾਂ, ਉਸ ਤੋਂ ਬਾਅਦ ਮੈਂ ਇਸ ਪੁਆਇੰਟ ਦੇ ਉੱਤੇ ਲਾਈਨ ਐਡ ਕਰਨੀ ਹੈ। ਬਸ ਗੌਰਵ ਜੀ, ਇਹ ਇਹਦਾ ਇੱਕ ਕਾਰਨ ਸਮਝ ਲਈ ਆਪਾਂ ਕਿਉਂ ਹੋਇਆ। ਸਾਊਥ ਦੇ ਵਿੱਚ ਆਪਾਂ ਸਾਹਮਣੇ ਦੇਖਿਆ ਕੀ ਹੋਇਆ, ਬੀਜੇਪੀ ਦਾ ਗ੍ਰਾਫ ਸਾਊਥ 'ਚ ਸਾਫ, ਨਾਰਥ 'ਚ ਰਹਿ ਜੂਗਾ ਹਾਫ, ਠੀਕ ਹੈ। ਤੇ ਟਿੱਪਣੀਆਂ ਪਿਛਲੇ ਕੁਝ ਟਾਈਮ ਦੇ ਵਿੱਚ ਬਹੁਤ ਸਾਰੀਆਂ ਹੋਈਆਂ, ਖੜਿਆਲ ਸਾਹਿਬ ਸਨਾਤਨ ਨੂੰ ਲੈ ਕੇ ਵੀ। ਹੁਣ ਪੁਆਇੰਟ ਇਹ ਵੀ ਹੈ ਕਿ ਉਹ ਵੀ ਹੈ ਕਿ ਉਹ ਟਿੱਪਣੀਆਂ ਨੂੰ ਕਿਵੇਂ ਲੋਕ ਦੇਖਣ ਜਾਂ ਬੀਜੇਪੀ ਕਿਵੇਂ ਦੇਖਦੀ ਹੈ। ਜੋਸ਼ੀ ਜੀ, ਇਹ ਟਿੱਪਣੀ ਦਾ ਅਰਥ ਕੀ ਕੱਢਿਆ ਜਾਵੇ? ਪਹਿਲਾਂ ਤਾਂ ਲੋਕ ਇਹ ਸਮਝਣਾ ਚਾਹੁੰਦੇ ਨੇ ਕਿ ਪ੍ਰਧਾਨ ਮੰਤਰੀ ਦੀ ਟਿੱਪਣੀ ਇਹ ਕਿਉਂ ਹੈ, ਕਿਵੇਂ ਲੱਗ ਰਿਹਾ ਕਿ ਕੱਲ੍ਹ ਨੂੰ ਜੇਕਰ ਕਾਂਗਰਸ ਦੀ ਸਰਕਾਰ ਬਣ ਗਈ ਤਾਂ ਫਿਰ ਕਿਸੇ ਦੇ ਦੋ ਘਰ ਨੇ ਤਾਂ ਇੱਕ ਘਰ ਕਿਸੇ ਹੋਰ ਕੋਲ ਚਲਾ ਜਾਏਗਾ, ਮੰਗਲ ਸੂਤਰ ਖੋਲਿਆ ਜਾਏਗਾ। ਬਹੁਤ ਬਹੁਤ ਵੱਡੀਆਂ ਟਿੱਪਣੀਆਂ ਨੇ, ਕੋਈ ਇਹੋ ਜਿਹੀ ਪਾਲਿਸੀ ਬਣ ਰਹੀ ਹੈ ਜਾਂ ਕੋਈ ਐਸੀ ਆਲਰੇਡੀ ਪਾਲਿਸੀ ਹੈ ਜਾਂ ਕਾਂਗਰਸ ਦੀ ਕੋਈ ਪਾਈਪਲਾਈਨ 'ਚ ਜਿਸਦਾ ਬੀਜੇਪੀ ਨੂੰ ਇਲਮ ਹੈ? ਦੇਖੋ ਗੌਰਵ ਜੀ, ਅੱਜ ਦੀ ਜਿਹੜੀ ਡਿਬੇਟ ਦਾ ਵਿਸ਼ਾ ਨਾ, ਔਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਿਹੜੇ ਬਿਆਨ ਨੇ, ਅੱਜ ਇੱਥੇ ਚਰਚਾ ਕਰਨੀ ਹੈ ਅਤੇ ਮੈਂ ਬੇਨਤੀ ਕਰਾਂਗਾ ਕਿ ਸਾਰਿਆਂ ਨੂੰ ਇਤਿਹਾਸ ਦੇ ਪਿਛੋਕੜ ਦਾ ਸਾਰਾ ਪਤਾ ਹੋਣਾ ਚਾਹੀਦਾ, ਗੱਲਾਂ ਕਿੱਥੋਂ ਚੱਲਦੀਆਂ ਨੇ। ਠੀਕ ਹੈ, ਕਾਂਗਰਸ ਅਤੇ ਧੋਖਾ ਇਹ ਪੈਰਲਲ ਚੱਲਦੇ ਆਏ ਨੇ, ਇਹ ਅੱਜ ਦੀ ਗੱਲ ਨਹੀਂ ਹੈ। ਮੈਂ ਸਿੰਪਲ ਜੀ ਸ਼ੁਰੂਆਤ ਕਰਦਾ 23 ਮਾਰਚ ਤੋਂ, ਜਿਹਦੇ ਨਾਂ ਦੇ ਉੱਤੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਅਸੀਂ ਸ਼ਹੀਦੀ ਦਿਹਾੜਾ ਮਨਾਉਂਦੇ ਹਾਂ। 23 ਮਾਰਚ 1943 ਨੂੰ ਮੁਸਲਿਮ ਲੀਗ ਨੇ ਪਾਕਿਸਤਾਨ ਡੇ ਮਨਾਇਆ ਸੀ। ਇਹ ਮੈਂ ਇਤਿਹਾਸ ਦੀਆਂ ਜੁੜੀਆਂ ਗੱਲਾਂ ਸੁਣਾਉਣ ਡਿਆ ਨਾਲ ਨਾਲ। ਠੀਕ ਹੈ, ਔਰ ਉਹਨਾਂ ਨੇ 6 ਫਰਵਰੀ ਨੂੰ ਵੀ ਇੱਕ ਡਿਮਾਂਡ ਕੀਤੀ ਸੀ ਕਿ ਹਿੰਦੁਸਤਾਨ ਇੱਕ ਮੁਲਕ, ਪਾਕਿਸਤਾਨ ਜਿਹਦੇ ਵਿੱਚ ਪੰਜਾਬ, ਕਸ਼ਮੀਰ, ਉਰੇ ਪਰੇ ਦਾ ਏਰੀਆ, ਅਫਗਾਨਿਸਤਾਨ ਇਹ ਵਿੱਚ ਆਵੇ, ਤੀਸਰਾ ਮੁਲਕ ਮੰਗਿਆ ਸੀ ਬੰਗਾਲ ਅਤੇ ਚੌਥਾ ਮੰਗਿਆ ਸੀ ਹੈਦਰਾਬਾਦ। ਔਰ ਸਭ ਤੋਂ ਵੱਡੀ ਗੱਲ ਦੇਖੋ, ਅੱਜ ਮੇਰੇ ਅਕਾਲੀ ਵੀਰ ਬੈਠੇ ਨੇ ਇੱਥੇ, ਇਹਨਾਂ 100 ਸਾਲਾਂ ਅਕਾਲੀ ਦਲ ਦਾ ਮਨਾਇਆ ਵਾ, ਖੈਰ ਬਾਦਲ ਸਾਹਿਬ ਤਾਂ ਨਹੀਂ ਸੀ ਹੁੰਦੇ ਉਸ ਟਾਈਮ, ਲੇਕਿਨ ਉਸ ਟਾਈਮ ਬਹੁਤ ਇੱਕ ਉੱਚੀ ਸ਼ਖਸੀਅਤ ਦੇ ਕਿਰਦਾਰ ਵਾਲੇ ਜਿਹੜੇ ਜਿਹਨਾਂ ਜਿਹੜੀ ਜਿਹੜੀ ਸਿੱਖ ਕੌਮ ਸਿੱਖ ਲਹਿਰ 'ਚੋਂ ਨਿਕਲੀ ਆ, ਉਹਨਾਂ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ ਬਣਾਇਆ ਤਾਂ ਅਕਾਲੀ ਫੂਲਾ ਸਿੰਘ ਜੀ ਦੀ ਅਗਵਾਈ ਦੇ ਵਿੱਚ 22 MLA ਜਿੱਤੇ ਸੀਗੇ, ਜਿਨ੍ਹਾਂ ਨੇ ਪੰਜਾਬੀਅਤ ਨੂੰ ਬਚਾ ਕੇ ਰੱਖਿਆ, ਨਹੀਂ ਤਾਂ ਅੱਜ ਅਸੀਂ ਸਾਰੇ ਇੱਥੇ ਸਹਾਰਨਪੁਰੋਂ ਪਾਰ ਬੈਠੇ ਹੋਣਾ ਸੀ ਕਾਂਗਰਸ ਦੀ ਫਿਤਰਤ ਦੀ। ਹੁਣ ਮੈਂ ਉੱਥੋਂ ਗੱਲ ਸੁਣਾਉਣਾ, ਕਾਂਗਰਸ ਦੀ ਫਿਤਰਤ ਕੀ ਹੈ, ਕਿਉਂਕਿ ਇਹਨਾਂ ਨੇ ਤਾਂ ਅੰਗਰੇਜ਼ਾਂ ਨੂੰ ਉਦੋਂ ਸਮਰਥਨ ਦਿੱਤਾ ਸੀ ਕਿ ਤੁਸੀਂ ਪ੍ਰੋਵਿਜ਼ਨਲ ਸਰਕਾਰ ਸਾਡੀ ਬਣਾ ਦਿਓ, ਅਸੀਂ ਸੈਕਿੰਡ ਵਰਲਡ ਵਾਰ ਤੁਹਾਡਾ ਸਾਥ ਦੇਵਾਂਗੇ। ਹੁਣ ਤੁਸੀਂ ਕਹਿੰਦੇ ਕਿ ਪ੍ਰਾਪਰਟੀਆਂ ਦੀ ਗੱਲ, ਸਨ 47 'ਚ ਵੰਡਿਆ ਗਿਆ ਸਭ ਕੁਛ, ਪਹਿਲਾਂ ਤਾਂ ਇੱਥੇ ਪਤਾ ਲੱਗ ਜਾਂਦਾ ਸਾਡੇ ਪੱਲੇ ਕੀ ਰਹਿ ਗਿਆ, ਛੱਡ ਕੀ ਆਏ ਅਤੇ ਲੈ ਕੇ ਕੀ ਆਏ। ਉਸ ਤੋਂ ਬਾਅਦ ਜਦੋਂ ਸੰਨ 1971 ਤੋਂ ਪਹਿਲਾਂ ਜਦੋਂ ਪੰਜਾਬ ਦੇ ਵਿੱਚ ਕੈਰੋਂ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਅਤੇ ਇਹਨਾਂ ਨੇ ਬਹੁਤ ਹੀ ਉਮਦਾ ਪ੍ਰਧਾਨ ਮੰਤਰੀ ਸਾਡੇ ਜਿਹੜੇ ਹਿੰਦੁਸਤਾਨ ਦੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਕਹਿ ਕੇ ਯੂਪੀ ਦੇ ਵਿੱਚ ਮਰੱਬਿਆਂ ਦੇ ਮਰੱਬੇ ਪੈਲੀ ਦਵਾਏ ਸੀ, ਉਹਨਾਂ ਦਿਨਾਂ ਵਿੱਚ ਜਿਹਨਾਂ ਦਿਨਾਂ 'ਚ ਝੋਨੇ ਦਾ ਛਿੱਟਾ ਵੱਜਦਾ ਹੁੰਦਾ ਸੀ, ਉੱਥੇ ਲਾਭ ਨਹੀਂ ਸੀ ਲੱਗਦੀ, ਇਸਨੂੰ ਦਵਾ ਦਿੱਤੇ ਸੀ ਪੰਜਾਬੀਆਂ ਨੂੰ, ਪੰਜਾਬੀਆਂ ਨੂੰ ਜਿਹੜੇ ਪਾਕਿਸਤਾਨ ਤੋਂ ਮਾਈਗ੍ਰੇਟ ਵੀ ਹੋਏ ਸੀ, ਜਾਂ ਪੰਜਾਬੀਆਂ ਨੂੰ ਬੜੇ ਸਸਤੇ ਰੇਟ 'ਤੇ ਜ਼ਮੀਨਾਂ ਦਵਾਈਆਂ ਸੀ, ਕਿਸੇ ਕੋਲ 10 ਮਰੱਬੇ, ਕਿਸੇ ਕੋਲ 15 ਮਰੱਬੇ, ਮਾੜੇ ਤੋਂ ਮਾੜੇ ਜ਼ਿਮੀਂਦਾਰ ਨੇ ਵੀ ਇੱਥੇ ਪੈਲੀ ਵੇਚ ਕੇ ਉੱਥੇ 2-2, 4-4 ਮਰੱਬੇ ਜ਼ਮੀਨ ਲੈ ਲਈ ਸੀ। ਠੀਕ ਹੈ, ਕਿਸੇ ਕੋਲ 200 ਕਿੱਲਾ, ਕਿਸੇ ਕੋਲ 250 ਕਿੱਲਾ, ਕਿਸੇ 300 ਕਿੱਲਾ।
ਸਨ 1971 ਦੀ ਜਦੋਂ ਲੜਾਈ ਹੋਈ ਹੈ ਉਸ ਤੋਂ ਬਾਅਦ ਬੰਗਲਾਦੇਸ਼ੀਆਂ ਰਾਊਂਡ ਰਾਊਂਡ ਅਬਾਊਟ 72-73 ਲੱਖ ਦੇ ਕਰੀਬ, ਮੈਨੂੰ ਐਗਜ਼ੈਕਟ ਫਿਗਰ ਨਹੀਂ ਯਾਦ, ਇੰਨਾ ਪਤਾ 70 ਲੱਖ ਤੋਂ ਲੈ ਕੇ 75 ਲੱਖ ਦੇ ਵਿੱਚ ਸੀਗੇ। ਠੀਕ ਹੈ, ਉਹਨਾਂ ਲੋਕਾਂ ਨੂੰ ਜਦੋਂ ਸ਼ਰਮ ਦਿੱਤੀ ਇਹਨਾਂ ਲੋਕਾਂ ਨੇ, ਨਾਲ ਹੀ ਉਸ ਟਾਈਮ ਕਾਂਗਰਸ ਨੇ ਸੀਲਿੰਗ ਐਕਟ ਲਾਇਆ ਸੀਗਾ। ਇਹ ਜਿਹੜੀਆਂ ਗੱਲਾਂ ਇਤਿਹਾਸ ਦੀਆਂ ਹੀ ਐਵੇਂ ਨਹੀਂ ਗੱਲਾਂ ਕਰਦੇ, ਇਹਨਾਂ ਚੀਜ਼ਾਂ 'ਚੋਂ ਹਿੰਦੁਸਤਾਨ ਨਿਕਲਿਆ ਵਾ। ਔਰ ਉਸ ਤੋਂ ਪਹਿਲਾਂ ਜਦੋਂ ਮੁਲਕ ਆਜ਼ਾਦ ਹੋਇਆ, ਇਹਨਾਂ ਨੇ ਵੱਡੇ ਵੱਡੇ ਰਾਜਿਆਂ ਨੂੰ, ਵੱਡੇ ਵੱਡੇ ਜਿਹੜੇ ਜਿਹੜੇ ਉਸ ਟਾਈਮ ਦੇ ਜਿਹੜੇ ਸਰਮਾਏਦਾਰ ਲੋਕ ਸੀ, ਉਹਨਾਂ ਨੂੰ ਕਿਹਾ ਸੀ ਜ਼ਮੀਨਾਂ ਲੈ ਲਓ ਜਾਂ ਮੈਂ ਲੈ ਲਓ, ਉਦੋਂ ਵੀ ਇਹਨਾਂ ਨੇ ਉਹਨਾਂ ਤੋਂ ਜ਼ਮੀਨਾਂ ਪ੍ਰਾਪਰਟੀਆਂ ਦੀ ਵੰਡ ਕਰਾਈ ਸੀ। ਲੇਕਿਨ ਅਸਲੀ ਧੱਕਾ ਪੰਜਾਬੀਆਂ ਨਾਲ ਕਦੋਂ ਆਇਆ? ਅਸੀਂ ਤਰਾਈ ਦੇ ਇਲਾਕੇ ਚਲ ਜਾਓ, ਸਤਾਰਗੰਜ, ਖਟੀਮਾ, ਮਝੋਲਾ, ਰੁਦਰਪੁਰ, ਪੀੜੀਵੀਰ, ਲਖੀਮਪੁਰ ਖੀਰੀ, ਤੁਸੀਂ ਸਾਰੇ ਇਲਾਕੇ ਵੱਲ ਚਲ ਜਾਓ, ਉੱਥੇ ਜਿੰਨੇ ਵੀ ਸਾਡੇ ਪੰਜਾਬ ਦੇ ਜੱਟ ਜ਼ਿਮੀਂਦਾਰ, ਚਾਹੇ ਹਿੰਦੂ ਨੇ ਚਾਹੇ ਸਿੱਖ ਨੇ, ਉਹਨਾਂ ਵੀਰਾਂ ਭਰਾਵਾਂ ਨੂੰ 250-250 300-300 ਕਿੱਲਾਂ ਦੇ ਪਹਿਲਾਂ ਲਾਤਾ ਵੀ ਲਾਓ ਬਾਈ, ਆਪਣੀ ਜ਼ਮੀਨ ਬਣਾਓ, ਖੇਤੀਬਾੜੀ ਕਰੋ। ਮੈਂ ਖੁਦ ਸਾਡੀ ਜ਼ਮੀਨ ਉੱਥੇ ਹੈਗੀ ਆ, ਅਸੀਂ ਲੋਕਾਂ ਨੇ ਉੱਥੇ ਜ਼ਮੀਨਾਂ ਬਾਲ ਕੀਤੀਆਂ, ਮੁੜ ਇਹਨਾਂ ਨੇ ਸੀਲਿੰਗ ਐਕਟ ਲਾਤਾ ਕਿ ਕੋਈ ਵੀ ਜ਼ਮੀਂਦਾਰ 12.5 ਕਿੱਲਿਆਂ ਤੋਂ ਉੱਤੇ ਜ਼ਮੀਨ ਨਹੀਂ ਰੱਖ ਸਕਦਾ। ਠੀਕ ਹੈ ਜੀ, ਸੁਣ ਲਓ ਮੇਰੀ ਗੱਲ ਨੂੰ ਧਿਆਨ ਨਾਲ, ਤੁਹਾਡੀ ਗੱਲ ਸੁਣ ਲਓ ਮੇਰੀ ਗੱਲ ਤੇ। ਠੀਕ ਹੈ ਜੀ, ਔਰ ਬਾਕੀ ਜ਼ਮੀਨਾਂ ਕਿੱਧਰ ਜਾਣੀਆਂ? ਬਾਕੀ ਜ਼ਮੀਨਾਂ ਇਹਨਾਂ ਨੇ ਉਹਨਾਂ ਬੰਗਲਾਦੇਸ਼ੀਆਂ ਨੂੰ ਵੰਡੀਆਂ ਉੱਥੇ, ਉਹਨਾਂ ਦੇ ਨਾਂ ਤੇ ਕੀਤੀਆਂ, ਕਈ ਬੰਦਿਆਂ ਨੂੰ ਮਰਿਆ ਡਿਕਲੇਅਰ ਕਰਤਾ ਪੰਜਾਬੀਆਂ ਨੂੰ। ਇਹ ਕਾਂਗਰਸ ਦੀ ਇਹ ਫਿਤਰਤ ਆ। ਠੀਕ ਹੈ ਚਲੋ, ਔਰ ਉਸ ਤੋਂ ਬਾਅਦ ਤੁਹਾਡਾ ਪੁਆਇੰਟ ਆ ਗਿਆ, ਦੇਖੋ ਤੁਸੀਂ 70-72 ਦੇ ਵਿੱਚ ਜੋ ਹੋਇਆ ਉਸ ਨੂੰ ਜੋੜ ਰਹੇ ਹੋ ਮੌਜੂਦਾ ਸਮੇਂ ਨਾਲ। ਜਿਨ੍ਹਾਂ ਦੀਆਂ ਜੜਾਂ ਹੁੰਦੀਆਂ ਪੂੰਗਰ ਪੈਂਦੀਆਂ, ਚੰਗਿਆਂ ਬੰਦਿਆਂ ਦੀਆਂ ਆਦਤਾਂ ਵੀ ਪੂੰਗਰ ਪੈਂਦੀਆਂ, ਮਾੜਿਆਂ ਦੀਆਂ ਆਦਤਾਂ ਵੀ ਪੂੰਗਰ ਪੈਂਦੀਆਂ ਨੇ। ਇਸ ਤੋਂ ਬਾਅਦ ਇਹ ਕਾਂਗਰਸ ਦੀ ਫਿਤਰਤ ਆ ਕਿ ਇਹਨਾਂ ਨੇ ਇੱਕ ਜਦੋਂ ਜਦੋਂ ਵੇਖਣਾ ਕਿੱਥੇ ਕਿਹੜੀ ਕਿਹੜੀ ਚੀਜ਼ ਪਣਪਦੀ ਪਈ ਆ। ਠੀਕ ਹੈ, ਤੁਸੀਂ ਮੰਗਲ ਸੂਤਰ ਦੀ ਗੱਲ ਕੀਤੀ ਆ, ਇਹ ਇੱਕ ਸਿੰਬੋਲਿਕ ਆਭੂਸ਼ਣ ਆ, ਇਹ ਇੱਕ ਸਿੰਬੋਲਿਕ ਔਰਨਾਮੈਂਟ ਆ। ਜਿੱਦਾਂ ਹੀ ਕਹਿਣ ਨਾ ਵੀ ਤੇਰੇ, ਤੂੰ ਤੇ ਕੌਡੀ ਦਾ ਬੰਦਾ ਨਹੀਂ, ਅੱਜ ਕੌਡੀਆਂ ਨਹੀਂ ਹੈਗੀਆਂ, ਲੇਕਿਨ ਇੱਕ ਪੁਰਾਣੀਆਂ ਚੀਜ਼ਾਂ ਚੱਲਦੀਆਂ ਆ ਰਹੀਆਂ ਨੇ। ਠੀਕ ਹੈ, ਨਹੀਂ ਤੁਹਾਡਾ ਪੁਆਇੰਟ ਆ ਗਿਆ, ਮੈਨੂੰ ਇੱਕ ਵਾਰ ਸਾਰਿਆਂ ਨੂੰ ਐਡ ਕਰ ਲੈਣ ਦਿਓ। ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ। ਜਿਹੜੀ ਚੀਜ਼ ਪ੍ਰਧਾਨ ਮੰਤਰੀ ਜੀ ਨੇ ਇੱਕ ਸਿੰਬੋਲਿਕ ਦੇ ਰੂਪ 'ਚ ਵਰਤੀ ਵੀ ਭੈਣੋ ਤੁਹਾਡਾ ਮੰਗਲ ਸੂਤਰ ਤੱਕ ਇਹਨਾਂ ਨੇ ਖੋਲਣਾ, ਮਤਲਬ ਸਾਡੀਆਂ ਭੈਣਾਂ ਧੀਆਂ ਕਿਸੇ ਦੇ ਕੋਲ ਦਾਦੀਆਂ ਪੜਦਾਦੀਆਂ ਪੁਰਾਣੇ ਜ਼ਮਾਨੇ ਦੇ ਸੋਨੇ ਨੇ, ਜਿਨ੍ਹਾਂ ਦੇ ਬਿੱਲ ਨਹੀਂ ਹੈਗੇ, ਜਿਨ੍ਹਾਂ ਦੇ ਉੱਤੇ GST ਨਹੀਂ ਤਰੀਆਂ। ਠੀਕ ਹੈ, ਇਹਨਾਂ ਲੋਕਾਂ ਨੇ ਉਹਨਾਂ ਸਾਰਿਆਂ ਉੱਤੇ ਕਬਜ਼ਾ ਕਰਨ ਦਾ ਮਤਲਬ ਪਹਿਲਾਂ ਸਾਨੂੰ ਲਾਈਨ ਤੇ ਲਿਆਉਣਾ। ਔਰ ਦੂਜੀ ਗੱਲ ਜੀ, ਇੱਥੇ ਮੈਂ ਆਪਣੀ ਜਨਤਾ ਨੂੰ ਵਿਸ਼ਵਾਸ ਦਵਾਉਣਾ, ਸਰਕਾਰ ਭਾਰਤੀ ਜਨਤਾ ਪਾਰਟੀ ਦੀ ਬਣ ਰਹੀ ਹੈ, ਜਿਹੜੇ ਮਰਜ਼ੀ ਮੈਨੀਫੈਸਟੋ ਚੁੱਕੀ ਫਿਰਨ, ਇਹਨਾਂ ਨੇ ਨਾ ਸੱਤਾ ਜਾਣਾ ਛੱਡੀ ਹੈ ਸਰ, ਕਿ ਕਾਂਗਰਸ ਦੀ ਸਰਕਾਰ ਜੇ ਬਣ ਗਈ ਤੇ ਥੋੜੇ ਵੇਟ ਕਰਿਓ ਇੱਕ ਵਾਰੀ, ਜੋਸ਼ੀ ਆਪਾਂ ਸਾਰੇ ਨੂੰ ਐਡ ਕਰ ਲਈਏ, ਮੈਂ ਐਡ ਕਰ ਲਵਾਂ ਸਰ ਪਲੀਜ਼। ਇੱਕ ਲਾਈਨ ਇੱਕ ਸਵਾਲ ਹੀ ਹੈ ਭਾਈ, ਇੰਨੀ ਗੱਲ ਪੁੱਛਦਾ ਮੈਂ, ਜਵਾਬ ਦੇਣਾ ਜੀ। ਮੋਦੀ ਸਾਹਿਬ ਨੇ ਇੱਕ ਬਿਆਨ ਦਿੱਤਾ ਵੀ ਜਿਨ੍ਹਾਂ ਦੇ ਜਵਾਕ ਜ਼ਿਆਦਾ ਹੁੰਦੇ ਹੈ ਉਹਨਾਂ ਮਤਲਬ ਹੈ, ਕਿਹਨਾਂ ਦੇ ਜਵਾਕ ਜ਼ਿਆਦਾ ਹੁੰਦੇ ਆ? ਲਓ ਜੀ ਗੱਲ ਦਾ ਜਵਾਬ ਸੁਣ ਲਓ, ਕਹਿੰਦੇ ਨਾ ਕਿ ਆਪਣੇ ਪੈਰਾਂ ਤੇ ਆਪ ਹੀ ਕਲਾਈ ਮਾਰਨੀ। ਕਾਂਗਰਸ ਨੇ ਸ਼ੁਰੂ ਕੀਤਾ ਸੀ ਹਮ ਦੋ ਹਮਾਰੇ ਦੋ, ਕਾਂਗਰਸ ਨੇ, ਮੈਂ ਤਾਂ ਹੀ ਕਹਿੰਦਾ ਨਾ, ਅੱਜ ਦੀ ਡਿਬੇਟ ਇੱਕ ਬੜੀ ਇੰਟਲੈਕਚੁਅਲ ਪੋਲੀਟੀਕਲ ਡਿਜ਼ਰਵ ਕਰਨ ਵਾਲੇ ਬੰਦਿਆਂ ਦੀ ਆ, ਜਿਹਦੇ ਵਿੱਚ ਬੜਾ ਪਿਛੋਕੜ ਪਤਾ ਹੋਣਾ ਚਾਹੀਦਾ ਵਾ। ਹਮ ਦੋ ਹਮਾਰੇ ਦੋ ਇਹ ਕਿਹਨਾਂ ਨੇ ਸ਼ੁਰੂ ਕੀਤਾ ਸੀ? ਕਿਹਨਾਂ ਨੇ ਨਸਬੰਦੀਆਂ ਕਰਾ ਕੇ ਤੇ ਮਰਫੀ ਦੇ ਰੇਡੀਓ ਵੰਡੇ ਸੀਗੇ? ਮੈਂ ਇੱਥੇ ਕਿਉਂਕਿ ਮੈਂ ਇਸ ਟਾਈਮ ਕਿਉਂਕਿ ਚੋਣ ਯਾਫਤਾ ਲੱਗਾ, ਕਿਸੇ ਮੈਂ ਧਰਮ ਨੂੰ ਸੰਬੋਧਨ ਨਹੀਂ ਕਰ ਸਕਦਾ, ਲੇਕਿਨ ਮੇਰੀ ਗੱਲ ਦਾ ਇੰਨਾ ਹੀ ਤੁਹਾਨੂੰ ਪਤਾ ਲੱਗ ਗਿਆ ਹੋਊਗਾ। ਟਾਈਮ ਆਲਰੇਡੀ ਬਹੁਤ ਹੋ ਗਿਆ, ਕਿਹੜਾ ਸਵਾਲ ਦਾ ਜਵਾਬ ਮੈਂ ਇੱਕ ਲਾਈਨ 'ਚ ਹੀ ਦਿੱਤਾ? ਠੀਕ ਹੈ, ਕਿਹੜੇ ਹਮ ਦੋ ਹਮਾਰੇ ਦੋ, ਮੁਹਿੰਮ ਕਿਹਨੇ ਚਲਾਈ ਸੀ ਤੇ ਕਿਹਨਾਂ ਵਾਰ ਵੇਖ ਕੇ ਚਲਾਈ ਸੀ? ਮੈਂ ਹੋਰ ਕਲੀਅਰ ਕਰਾਂਗਾ ਤੇ ਕਿਹਨਾਂ ਦੀਆਂ ਨਸਬੰਦੀਆਂ ਕਰੀਆਂ ਸੀ ਮਰਫੀ ਰਿਚਰਡ ਦੇ ਰੇਡੀਓ ਵੱਲੇ ਗਏ ਸੀ? ਇਹਦੇ ਵਿੱਚ ਜ਼ਿਕਰ ਹੈ ਕਿ ਕਿਹਨਾਂ ਦਾ ਜ਼ਿਕਰ ਹੋ ਰਿਹਾ ਹੈ? ਜਵਾਬ ਸਮਝਣ ਵਾਸਤੇ ਜਹਾਜ਼ ਦਾ ਪਤਾ ਹੋਣਾ ਚਾਹੀਦਾ ਵਾ। ਥੋੜੇ ਥੋੜੇ ਆ ਖਰਿਆਲ ਜੀ, ਖਰਿਆਲ ਜੀ ਜੋਸ਼ੀ ਨਹੀਂ ਲੈ ਸਕਦੇ ਨਾ ਖਰਿਆਲ ਜੀ ਜੋਸ਼ੀ ਜੀ ਵੇਟ ਕਰੋ ਥੋੜੀ ਲੱਗਾ ਕਦਰ ਕਰਦੇ ਆਪਾਂ। ਠੀਕ ਹੈ, ਥੋੜੇ ਵੇਟ ਕਰੋ ਇੱਕ ਵਾਰੀ ਕਲੀਅਰ ਸਾਹਿਬ। ਮੈਂ ਸੰਗੜਾ ਸਾਹਿਬ ਆ ਰਿਹਾ ਤੁਹਾਡੇ ਕੋਲ ਵੀ, ਕਲੀਅਰ ਸਾਹਿਬ ਅਕਾਲੀ ਦਲ ਇਸ ਸਟੇਟਮੈਂਟ ਨੂੰ ਕਿਵੇਂ ਦੇਖ ਰਿਹਾ ਹੈ? ਕਿਉਂਕਿ ਤੁਸੀਂ ਬਹੁਤ ਲੰਬੇ ਵੇਲੇ ਤੱਕ ਸੱਤਾ ਦੇ ਵਿੱਚ ਨਾਲ ਰਹੇ ਹੋ ਬੀਜੇਪੀ ਦੇ, ਤੁਹਾਨੂੰ ਲੱਗਦਾ ਕਾਂਗਰਸ ਕਹਿ ਰਹੀ ਹੈ ਕਿ ਇਹ ਇੱਕ ਕਮਿਊਨਲ ਟਿੱਪਣੀ ਹੈ ਜੋ ਸੰਵਿਧਾਨਿਕ ਤੌਰ ਦੇ ਉੱਤੇ ਵੀ ਠੀਕ ਨਹੀਂ ਹੈ? ਦੇਖੋ ਗੌਰਵ ਜੀ, ਸ਼੍ਰੋਮਣੀ ਅਕਾਲੀ ਦਲ ਮਨੋਰਿਟੀਜ਼ ਨੂੰ ਰੀਪ੍ਰਜ਼ੈਂਟ ਕਰਦਾ। ਸ਼੍ਰੋਮਣੀ ਅਕਾਲੀ ਦਲ
ਅਸੀਂ ਪੰਜਾਬ ਦੀ ਇੱਕ ਖੇਤਰੀ ਇਕਲੌਤੀ ਖੇਤਰੀ ਪਾਰਟੀ ਹਾਂ ਜੀ, ਔਰ ਸ਼੍ਰੋਮਣੀ ਅਕਾਲੀ ਦਲ ਬਹੁਤ ਫਖਰ ਦੇ ਨਾਲ ਕਹਿੰਦਾ ਕਿ ਪੰਜਾਬ ਉਹ ਗੁਲਦਸਤਾ ਹੈ, ਮਨੋਰਟੀਜ਼ ਦਾ ਗੁਲਦਸਤਾ ਹੈ। ਕੁਛ ਉਰੇ ਮਨੋਰਟੀਜ਼ ਨੇ ਜਿਹੜੀਆਂ ਦੇਸ਼ ਦੇ ਵਿੱਚ ਮਨੋਰਟੀਜ਼ ਨੇ, ਕੁਛ ਉਰੇ ਮਨੋਰਟੀਜ਼ ਨੇ ਜਿਹੜੀਆਂ ਦੇਸ਼ 'ਚ ਮੈਜੋਰਟੀ ਹੈ, ਪੰਜਾਬ ਦੇ ਵਿੱਚ ਮਨੋਰਟੀਜ਼ ਨੇ। ਅਤੇ ਗੁਲਦਸਤਾ ਤਾਂ ਹੀ ਕਾਇਮ ਹੈ ਜਿਹਨਾਂ ਦੀ ਖੁਸ਼ਬੂ ਮਹਿਕਦੀ ਹੈ, ਔਰ ਮਹਿਕਦੀ ਕਿਉਂ ਹੈ? ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਤੇ ਬਾਬਾ ਨਾਨਕ ਦੇ ਫਲਸਫੇ 'ਤੇ ਚੱਲਦੇ ਹਾਂ। ਜ਼ਾਤ ਪਾਤ ਤੋਂ ਉੱਤੇ ਉੱਠ ਕੇ ਗੱਲ ਕਰਦੇ ਹਾਂ, ਕਿਉਂਕਿ ਬਾਬੇ ਨਾਨਕ ਨੇ ਕਿਹਾ ਸੀ ਕਿ ਮਾਨਸ ਕੀ ਜਾਤ ਸਭੇ ਏਕੋ ਪਹਿਚਾਨ। ਔਰ ਅੱਜ ਅਗਰ ਦੇਸ਼ ਦੇ ਪ੍ਰਧਾਨ ਮੰਤਰੀ ਦੇਖੋ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦੇ ਹੋਣ, ਮੈਂ ਸਿੱਧਾ ਸਵਾਲ ਕਰਦਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਅਸੀਂ ਅਪੇਕਸ਼ਾ ਰੱਖਦੇ ਹਾਂ ਕਿ ਉਹ ਸੈਕੂਲਰ ਨੇ, ਉਹ ਸਾਰੇ ਦੇਸ਼ ਦੀ ਗੱਲ ਕਰਦੇ ਨੇ? ਸੋ ਇਸ ਤਰ੍ਹਾਂ ਚੋਣ ਜਲਸੇ ਦੇ ਵਿੱਚ ਖੜ੍ਹੇ ਹੋ ਕੇ ਜਿਸ ਤਰੀਕੇ ਦੀਆਂ ਟਿੱਪਣੀਆਂ, ਜਿਸ ਤਰੀਕੇ ਦੀ ਜ਼ਾਤ ਪਾਤ ਦੀ ਗੱਲ ਪ੍ਰਧਾਨ ਮੰਤਰੀ ਨੇ ਕੀਤੀ ਹੈ, ਸ਼੍ਰੋਮਣੀ ਅਕਾਲੀ ਦਲ ਇਹਦਾ ਖੰਡਨ ਕਰਦਾ। ਔਰ ਕਿਤੇ ਨਾ ਕਿਤੇ ਮੈਂ ਸਿੱਧੀ ਗੱਲ ਕਹਿਣਾ ਕਿ ਕਾਂਗਰਸ ਦੀ ਅਗਰ ਅੱਜ ਆਪਾਂ ਗੱਲ ਕਰੀਏ, ਕਾਂਗਰਸ ਨੇ ਸਾਰਾ ਕੁਛ ਕੀਤਾ, ਮਿਨੋਰਟੀਜ਼ ਦੇ ਉੱਤੇ ਜ਼ੁਲਮ ਕਾਂਗਰਸ ਨੇ ਕੀਤਾ, ਤਾਂ ਹੀ ਅੱਜ ਕਾਂਗਰਸ ਦਾ ਇਹ ਹਾਲ ਹੈ। ਪਰ ਅਗਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਉਸ ਨਕਸ਼ੇ ਕਦਮ ਤੇ ਚੱਲਦੇ ਨੇ ਜਿਹਦੇ ਕਰਕੇ ਕਾਂਗਰਸ ਦਾ ਇਹ ਹਾਲ ਹੋਇਆ, ਤਾਂ ਅਸੀਂ ਪ੍ਰਧਾਨ ਮੰਤਰੀ ਨੂੰ ਸਿੱਧਾ ਸਵਾਲ ਕਰਦੇ ਹਾਂ ਕਿ ਕੀ ਪ੍ਰਧਾਨ ਮੰਤਰੀ ਸਾਹਿਬ ਇਹੀ ਹੈ ਤੁਹਾਡਾ ਸਬਕਾ ਸਾਥ ਸਬਕਾ ਵਿਕਾਸ? ਕਿਉਂਕਿ ਇਸ ਤਰੀਕੇ ਦੀ ਟਿੱਪਣੀ, ਔਰ ਇਹ ਗੱਲ ਕਹਿਣੀ ਕਿ ਅਗਰ ਕਾਂਗਰਸ ਆ ਗਈ ਤਾਂ ਕਿਤੇ ਨਾ ਕਿਤੇ ਇਹ ਸਾਰੇ ਜਿਹੜੇ ਬਿਆਨ ਪ੍ਰਧਾਨ ਮੰਤਰੀ ਸਾਹਿਬ ਦੇ ਨੇ, ਇਹ ਸਾਰੇ ਬਿਆਨ ਇਸ ਤਰੀਕੇ ਇਸ਼ਾਰਾ ਕਰਦੇ ਨੇ ਕਿ ਬੀਜੇਪੀ ਦੀ ਬੇੜੀ ਜਿੱਥੇ ਡਗਮਗਾ ਰਹੀ ਹੈ। ਪ੍ਰਧਾਨ ਮੰਤਰੀ ਖੁਦ ਇਹ ਗੱਲ ਮੰਨ ਰਹੇ ਨੇ ਕਿ ਜੇ ਦੂਜੀ ਪਾਰਟੀ ਆ ਗਈ। ਸੋ ਕਿਤੇ ਨਾ ਕਿਤੇ ਕੌਨਫੀਡੈਂਸ ਪ੍ਰਧਾਨ ਮੰਤਰੀ 'ਚ ਆਪਣੇ ਆਪ 'ਚ ਨਹੀਂ ਹੈਗਾ। ਪਰ ਮੈਂ ਫਿਰ ਦੁਬਾਰਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਸਰਬੱਤ ਦੇ ਫਲਸਫੇ ਤੇ, ਸਰਬੱਤ ਦੇ ਭਲੇ ਦੇ ਫਲਸਫੇ ਤੇ ਚੱਲਦਾ, ਉਹਦੇ 'ਤੇ ਪਹਿਰੇਦਾਰੀ ਕਰਦਾ, ਤੇ ਸਾਨੂੰ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਉਮੀਦ ਨਹੀਂ ਸੀ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵਾਕਈ ਮਿਨੋਰਟੀਜ਼ ਨੂੰ ਔਰ ਜਿਹੜੀ ਆਜ਼ਾਦ ਪਾਤ ਦੀ ਗੱਲ ਕੀਤੀ ਹੈ, ਉਹਨਾਂ ਦਿਲਾਂ ਨੂੰ ਠੇਸ ਪ੍ਰਧਾਨ ਮੰਤਰੀ ਨੇ ਮਾਰੀ। ਠੀਕ ਹੈ ਸੰਗੜਾ ਸਾਹਿਬ, ਮੈਂ ਤੁਹਾਡਾ ਇੱਕ ਰਿਐਕਸ਼ਨ ਚਾਹੂੰਗਾ, ਉਸ ਤੋਂ ਬਾਅਦ ਮੈਂ ਸਵਾਲ ਲੈ ਕੇ ਆਵਾਂ। ਦੇਖੋ ਟਿੱਪਣੀ ਇਸ ਤਰੀਕੇ ਦੀ ਹੈ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਦਿੱਤੀ ਗਈ ਹੈ, ਔਰ ਜਿਹੜੀਆਂ ਵਿਰੋਧੀ ਪਾਰਟੀਆਂ ਸਣੇ ਤੁਸੀਂ ਬਹੁਤ ਸਾਰੇ ਸਵਾਲ ਚੁੱਕ ਰਹੇ ਹੋ। ਸੰਗੜਾ ਸਾਹਿਬ ਆਵਾਜ਼ ਆ ਰਹੀ ਹੈ ਮੇਰੀ? ਬਹੁਤ ਚਿੰਤਾ ਵਾਲੀ ਗੱਲ ਹੈ ਜੀ ਕਿ ਪ੍ਰਧਾਨ ਮੰਤਰੀ ਜੀ ਇੱਕ ਹੱਥ 'ਚ ਮਾਚਸ ਤੇ ਇੱਕ ਹੱਥ 'ਚ ਪੈਟਰੋਲ ਦੀ ਬੋਤਲ ਲੈ ਕੇ ਘੁੰਮ ਰਹੇ ਨੇ। ਜਿਹੜੀ ਸਾਂਝੀ ਵਾਲਤਾ ਦੀ ਹੈਗੀ ਆ, ਜਿਹੜੀ ਸੰਵਿਧਾਨ ਦਾ ਜਿਹੜਾ ਸੈਕੂਲਰਿਜ਼ਮ ਹੈ ਉਹਨੂੰ ਖਤਮ ਕਰਨ ਲਈ ਸੰਵਿਧਾਨ ਦੇ ਐਂਟੀ ਗੱਲਾਂ ਕਰ ਰਹੇ ਨੇ। ਮੈਂ ਤਾਂ ਹਮੇਸ਼ਾ ਹੀ ਤੁਹਾਡੇ ਚੈਨਲ ਤੇ ਵੀ ਬਾਕੀ ਥਾਵਾਂ ਤੇ ਵੀ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੂੰ ਐਕਸਪੋਜ਼ ਕਰਦਾ ਰਿਹਾ ਕਿ ਇਹ ਸਿਵਾਏ ਮੁੱਦਿਆਂ ਦੀ ਰਾਜਨੀਤੀ ਦੇ ਜਦੋਂ ਇਹ ਫੇਲ ਹੋਣ ਲੱਗਦੇ ਆ ਤਾਂ ਇਹ ਇੱਕਦਮ ਧਰਮ ਤੇ ਰਾਜਨੀਤੀ, ਧਰਮ ਤੇ ਜਾਤ ਪਾਤ ਦੇ ਨਾਂ ਤੇ ਵਖਰੇਵੇਂ ਪੈਦਾ ਕਰਕੇ ਪੋਲਰਾਈਜੇਸ਼ਨ ਦੇ ਵਿੱਚ ਦੀ ਆਪਣੀ ਰਾਜ ਸੱਤਾ ਵੱਲ ਦਾ ਰਸਤਾ ਦੇਖਦੇ ਆ। ਸੇਮ ਚੀਜ਼ ਅੱਜ ਪ੍ਰਧਾਨ ਮੰਤਰੀ ਜੀ ਨੇ ਕਰਤੀ ਆ, ਹੇਠਲੇ ਲੈਵਲ ਤੇ ਤਾਂ ਹਮੇਸ਼ਾ ਹੀ ਕਰਦੇ ਆ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਕਿ ਮੰਗਲ ਸੂਤਰ ਤੁਹਾਡਾ ਲਾ ਲੈਣਾ ਆ, ਤੁਹਾਡੀਆਂ ਪ੍ਰੋਪਰਟੀ ਜਿਹੜੀਆਂ ਉਹਨਾਂ ਮੁਸਲਮਾਨਾਂ ਨੂੰ ਵੇਚ ਦੇਣੀਆਂ, ਜਾਂ ਸਪਸ਼ਟ ਹਿੰਟ ਨਹੀਂ ਕੱਲੇ ਸਪਸ਼ਟ ਤੌਰ ਤੇ ਇਹਨਾਂ ਨੇ ਸੈਗਰੀਗੇਟ ਕੀਤਾ, ਅਲੱਗ ਅਲੱਗ ਕੀਤਾ ਹੈ ਸਾਰੀਆਂ ਚੀਜ਼ਾਂ ਨੂੰ। ਇਹ ਬਹੁਤ ਮਾੜੀ ਗੱਲ ਹੈ, ਬਹੁਤ ਨਿੰਦਣਯੋਗ ਹੈ। ਮੁੱਦਿਆਂ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਸੈਕੂਲਰ ਪਾਰਟੀ ਹੈ, ਧਰਮ ਨਿਰਪੱਖ ਪਾਰਟੀ ਹੈ, ਸਭ ਧਰਮਾਂ ਦਾ ਬਰਾਬਰ ਸਤਿਕਾਰ ਕਰਦੀ ਹੈ, ਡਾਈਵਰਸਿਟੀ ਹੈ ਇੰਡੀਆ ਦੇ ਵਿੱਚ। ਠੀਕ ਹੈ, ਤੁਸੀਂ ਇੱਕ ਸੂਬੇ ਤੋਂ ਦੂਜੇ ਸੂਬੇ ਚਲੇ ਜਾਓ। ਮੈਂ ਤੁਹਾਡੇ ਕੋਲ ਵਾਪਸ ਆ ਰਿਹਾ, ਮੇਰੇ ਕੋਲ ਸਮੇਂ ਇੱਕ ਖਬਰ ਹੈ, ਮੈਨੂੰ ਉਸ ਦੇ ਉੱਤੇ ਜ਼ਰੂਰ ਜਾਣਾ ਹੋਏਗਾ। ਮੈਂ ਸੰਗਰਾ ਸਾਹਿਬ ਤੁਹਾਡੀ ਗੱਲ ਆਈ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਪੰਜਾਬ ਕਾਂਗਰਸ ਦੀ ਸਾਡੇ ਕੋਲ ਲਿਸਟ ਆਈ ਹੈ ਦੂਸਰੀ,
ਮੈਂ ਉਸ ਖਬਰ ਦੇ ਉੱਤੇ ਇੱਕ ਵਾਰ ਚਲਾ ਜਾਵਾਂ, ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਵਾਪਸ ਆਉਣਾ। ਇਸ ਸਮੇਂ ਪੰਜਾਬ ਕਾਂਗਰਸ ਦੀ ਦੂਜੀ ਲਿਸਟ ਸਾਡੇ ਕੋਲ ਆਈ ਹੈ। ਪੰਜਾਬ ਦੇ ਲਈ ਦੋ ਹੋਰ ਉਮੀਦਵਾਰਾਂ ਦਾ ਐਲਾਨ ਕਾਂਗਰਸ ਦੇ ਵੱਲੋਂ ਕਰ ਦਿੱਤਾ ਗਿਆ। ਦੋ ਰਿਜ਼ਰਵ ਸੀਟਾਂ ਨੇ ਪੰਜਾਬ ਦੀਆਂ, ਇੱਕ ਹੈ ਫਰੀਦਕੋਟ ਅਤੇ ਦੂਜੀ ਹੈ ਹੁਸ਼ਿਆਰਪੁਰ। ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਨੂੰ ਟਿਕਟ ਦੇ ਦਿੱਤੀ ਗਈ ਹੈ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਮੌਜੂਦਾ MP ਮੁਹੰਮਦ ਸਦੀਕ ਦੀ ਟਿਕਟ ਕਾਂਗਰਸ ਪਾਰਟੀ ਨੇ ਕੱਟ ਦਿੱਤੀ ਹੈ ਫਰੀਦਕੋਟ ਤੋਂ। 2019 ਦੇ ਵਿੱਚ ਮੁਹੰਮਦ ਸਦੀਕ ਨੇ ਉੱਥੋਂ ਜਿੱਤ ਹਾਸਲ ਕੀਤੀ ਸੀ। ਔਰ ਹੁਸ਼ਿਆਰਪੁਰ ਤੋਂ ਵੀ ਟਿਕਟ ਅਨਾਊਂਸ ਕੀਤੀ ਗਈ ਹੈ, ਯਾਮਿਨੀ ਗੋਮਰ ਉਹਨਾਂ ਨੂੰ ਉਮੀਦਵਾਰ ਬਣਾ ਦਿੱਤਾ ਗਿਆ ਹੁਸ਼ਿਆਰਪੁਰ ਤੋਂ। ਤਾਂ ਅਹਿਮ ਖਬਰ ਇਸ ਸਮੇਂ ਦੀ, ਅਸੀਂ ਡਿਬੇਟ ਦੇ ਵਿਚਾਲੇ ਇਸ ਖਬਰ ਦੇ ਉੱਤੇ ਜਾਣਾ ਜ਼ਰੂਰੀ ਸੀ ਕਿਉਂਕਿ ਹੁਣ ਤੱਕ ਕਾਂਗਰਸ ਦੇ ਵੱਲੋਂ ਜਿਹੜੇ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਦੇ ਵਿੱਚ ਦੋ ਹੋਰ ਐਡ ਹੋ ਚੁੱਕੇ ਨੇ। ਇਹ ਦੂਜੀ ਲਿਸਟ ਹੈ, ਪਹਿਲੀ ਲਿਸਟ ਦੇ ਵਿੱਚ ਕਾਂਗਰਸ ਦੇ 6 ਉਮੀਦਵਾਰਾਂ ਦਾ ਨਾਮ ਅਨਾਊਂਸ ਕੀਤਾ ਗਿਆ ਸੀ, ਦੋ ਹੋਰ ਹੋ ਗਏ ਨੇ, ਟੋਟਲ 8 ਪੰਜਾਬ ਦੇ ਲਈ ਹੋ ਚੁੱਕੇ ਨੇ। 13 ਦੇ ਵਿੱਚੋਂ 8 ਉਮੀਦਵਾਰਾਂ ਦਾ ਅਨਾਊਂਸਮੈਂਟ ਕੀਤਾ ਜਾ ਚੁੱਕਾ ਹੈ ਔਰ 5 ਅਜੇ ਵੀ ਬਾਕੀ ਨੇ। ਤਾਂ ਦੋ ਹੋਰ ਉਮੀਦਵਾਰਾਂ ਦੀ ਲਿਸਟ ਆ ਚੁੱਕੀ ਹੈ, ਦੋ ਹੋਰ ਉਮੀਦਵਾਰਾਂ ਦੇ ਨਾਮ ਆ ਚੁੱਕੇ ਨੇ। ਫਰੀਦਕੋਟ ਤੋਂ ਮੁਹੰਮਦ ਸਦੀਕ ਦੀ ਟਿਕਟ ਕੱਟੀ ਗਈ ਹੈ, ਮੌਜੂਦਾ MP ਨੇ। ਤਾਂ ਪੰਜਾਬ ਦੇ ਵਿੱਚ ਜਿਹੜੇ ਮੌਜੂਦਾ MP ਨੇ ਉਹਨਾਂ ਦੇ ਵਿੱਚੋਂ ਦੇਖੋ, ਅਨੰਦਪੁਰ ਸਾਹਿਬ ਤੋਂ ਮੌਜੂਦਾ MP ਮਨੀਸ਼ ਤਿਵਾੜੀ ਦੁਬਾਰਾ ਅਨੰਦਪੁਰ ਸਾਹਿਬ ਤੋਂ ਨਹੀਂ ਲੜਨਗੇ ਕਿਉਂਕਿ ਉਹਨਾਂ ਨੂੰ ਟਿਕਟ ਚੰਡੀਗੜ੍ਹ ਤੋਂ ਦਿੱਤੀ ਗਈ ਹੈ। ਉਸ ਤੋਂ ਬਾਅਦ ਮੌਜੂਦਾ MP ਦੇ ਵਿੱਚ ਕਾਂਗਰਸ ਦੇ ਕੋਲ ਇੱਕ ਪਟਿਆਲਾ ਤੋਂ ਪ੍ਰਨੀਤ ਕੌਰ ਸੀ ਜੋ BJP 'ਚ ਚਲੇ ਗਏ, ਲੁਧਿਆਣਾ ਤੋਂ ਰਵਨੀਤ ਬਿੱਟੂ ਸੀ BJP ਦੇ ਵਿੱਚ ਚਲੇ ਗਏ। ਉਸ ਤੋਂ ਬਾਅਦ ਇੱਕ ਮੁਹੰਮਦ ਸਦੀਕ ਦਾ ਨਾਮ ਹੈ, ਮੁਹੰਮਦ ਸਦੀਕ ਮੌਜੂਦਾ MP ਪਰ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਹੈ। ਫਤਿਹਗੜ੍ਹ ਸਾਹਿਬ ਤੋਂ ਮੌਜੂਦਾ MP ਡਾਕਟਰ ਅਮਰ ਸਿੰਘ ਉਹਨਾਂ ਨੂੰ ਟਿਕਟ ਦੇ ਦਿੱਤੀ ਗਈ ਹੈ। ਔਰ ਇਨਫੈਕਟ ਜਿਹੜੇ ਜਸਬੀਰ ਡਿੰਪਾ ਨੇ ਖਡੂਰ ਸਾਹਿਬ ਤੋਂ, ਉਹ ਵੀ ਇਲੈਕਸ਼ਨ ਨਾ ਲੜਨ ਦਾ ਐਲਾਨ ਕਰ ਚੁੱਕੇ ਨੇ। ਯਾਨੀ ਕਿ ਖਡੂਰ ਸਾਹਿਬ ਤੋਂ ਵੀ MP ਦੁਬਾਰਾ ਤੁਹਾਨੂੰ ਸੇਮ ਸੀਟ ਦੇ ਉੱਤੇ ਲੜਦੇ ਹੋਏ ਤਾਂ ਨਹੀਂ ਨਜ਼ਰ ਨਹੀਂ ਆਉਣਗੇ। ਪਰ ਜਿਹੜੀਆਂ ਹੁਣ ਸੀਟਾਂ ਦੀ ਅਨਾਊਂਸਮੈਂਟ ਕੀਤੀ ਗਈ ਹੈ, ਜੋ ਸਾਡੇ ਕੋਲ ਲਿਸਟ ਆਈ ਹੈ, ਕਾਂਗਰਸ ਨੇ ਟੋਟਲ 7 ਉਮੀਦਵਾਰਾਂ ਦਾ ਨਾਮ ਅਨਾਊਂਸ ਕੀਤਾ, ਉਹਦੇ ਵਿੱਚ 2 ਪੰਜਾਬ ਦੀਆਂ ਸੀਟਾਂ ਨੇ, ਜਦਕਿ ਬਾਕੀ 5 ਸੀਟਾਂ ਬਿਹਾਰ ਦੇ ਲਈ ਅਨਾਊਂਸ ਕੀਤੀਆਂ ਗਈਆਂ ਨੇ। 7 ਸੀਟਾਂ ਦੀ ਲਿਸਟ ਸਾਡੇ ਕੋਲ ਪਹੁੰਚੀ ਹੈ, ਜਿਸ ਦੇ ਵਿੱਚ ਹੁਸ਼ਿਆਰਪੁਰ ਰਿਜ਼ਰਵ ਸੀਟ ਹੈ, ਇੱਥੋਂ ਮਿਸ ਯਾਮਿਨੀ ਗੋਮਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ, ਜਦਕਿ ਫਰੀਦਕੋਟ ਵੀ ਰਿਜ਼ਰਵ ਸੀਟ ਹੈ, ਉੱਥੋਂ ਅਮਰਜੀਤ ਕੌਰ ਸਾਹੋਕੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਇਨਫੈਕਟ ਇਹ ਵੀ ਇੰਟਰਸਟਿੰਗ ਹੈ ਕਿ ਦੋਵੇਂ ਸੀਟਾਂ ਜਿਹੜੀਆਂ ਅਸੀਂ ਦੇਖ ਰਹੇ ਹਾਂ ਕਿ ਇੱਥੇ ਦੋਵੇਂ ਮਹਿਲਾ ਉਮੀਦਵਾਰ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਕਾਂਗਰਸ ਪਾਰਟੀ ਦੇ ਵੱਲੋਂ। ਇਹ ਰਿਜ਼ਰਵ ਸੀਟਾਂ ਜਿਹੜੀਆਂ ਪੰਜਾਬ ਦੀਆਂ 4 ਰਿਜ਼ਰਵ ਸੀਟਾਂ ਨੇ, ਉਹਨਾਂ ਦੇ ਵਿੱਚੋਂ 4 ਦੀਆਂ 4 ਇਨਫੈਕਟ ਅਨਾਊਂਸ ਕਰ ਦਿੱਤੀਆਂ ਨੇ ਹੁਣ ਕਾਂਗਰਸ ਪਾਰਟੀ ਨੇ। ਆਪਾਂ ਜਾਣਦੇ ਹਾਂ ਕਿ ਜਲੰਧਰ ਵੀ ਰਿਜ਼ਰਵ ਸੀਟ ਹੈ, ਉੱਥੋਂ ਚਰਨਜੀਤ ਸਿੰਘ ਚੰਨੀ, ਅਤੇ ਫਤਿਹਗੜ੍ਹ ਸਾਹਿਬ ਵੀ ਰਿਜ਼ਰਵ ਸੀਟ ਹੈ, ਉੱਥੋਂ ਕਾਂਗਰਸ ਪਾਰਟੀ ਨੇ ਡਾਕਟਰ ਅਮਰ ਸਿੰਘ ਨੂੰ ਇੱਕ ਵਾਰ ਫਿਰ ਤੋਂ ਟਿਕਟ ਦਿੱਤੀ ਹੈ। 4 ਦੀਆਂ 4 ਜਿਹੜੀਆਂ ਰਿਜ਼ਰਵ ਸੀਟਾਂ ਨੇ ਉਹ ਪੰਜਾਬ ਦੀਆਂ ਅਨਾਊਂਸ ਕਾਂਗਰਸ ਪਾਰਟੀ ਦੇ ਵੱਲੋਂ ਕਰ ਦਿੱਤੀਆਂ ਗਈਆਂ ਨੇ। ਯਾਮਿਨੀ ਗੋਮਰ ਹੁਸ਼ਿਆਰਪੁਰ ਤੋਂ, ਜਦਕਿ ਅਮਰਜੀਤ ਕੌਰ ਫਰੀਦਕੋਟ ਤੋਂ ਕਾਂਗਰਸ ਨੇ ਉਮੀਦਵਾਰ ਬਣਾਇਆ। ਅਸੀਂ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਲਵਾਂਗੇ, ਹੋਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ। ਪਰ ਇਸ ਸਭ ਦੇ ਵਿਚਾਲੇ ਮੈਂ ਇੱਕ ਵਾਰ ਫਿਰ ਤੋਂ ਅੱਜ ਦੀ ਚਰਚਾ ਦਾ ਰੁੱਖ ਕਰਦਾ। ਬਹੁਤ ਇੰਪੋਰਟੈਂਟ ਟੌਪਿਕ ਅਸੀਂ ਚੁਣਿਆ ਸੀ, ਥੋੜ੍ਹਾ ਜਿਹਾ ਇਸ ਖਬਰ ਕਰਕੇ ਸਾਨੂੰ ਉਸ ਵਾਲੇ ਪਾਸੇ ਜਾਣਾ ਪਿਆ। ਜੋਸ਼ੀ, ਤੁਹਾਡਾ ਕਮੈਂਟ ਬਹੁਤ ਜ਼ਰੂਰੀ ਹੈ। ਦੇਖੋ, ਗੱਲ ਇਹ ਹੈ ਕਿ ਜੋ ਵੀ ਤੁਸੀਂ ਸਮੀਕਰਨ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਮੈਂ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਅਪਡੇਟ ਕਰ ਦੇਵਾਂ ਕਿ ਅਸੀਂ ਅੱਜ ਚਰਚਾ ਪ੍ਰਧਾਨ ਮੰਤਰੀ ਦੀ ਉਸ ਸਟੇਟਮੈਂਟ ਦੇ ਉੱਤੇ ਕਰ ਰਹੇ ਹਾਂ, ਜਿਸ ਦੇ ਵਿੱਚ PM ਕਹਿੰਦੇ ਨੇ ਕਿ ਜੇ ਕਾਂਗਰਸ ਦੇਸ਼ ਦੇ ਵਿੱਚ ਸਰਕਾਰ ਬਣਾਉਣ 'ਚ ਕਾਮਯਾਬ ਰਹੀ ਤਾਂ ਉਹ ਤੁਹਾਡਾ ਸੰਪੱਤੀ ਜਾਇਦਾਦ ਤੁਹਾਡੇ ਤੋਂ ਖੋਹ ਲਵੇਗੀ। ਔਰ ਉਹਨਾਂ ਦਾ ਮਤਲਬ ਇਹ ਕਹਿਣ ਦਾ ਕਿ ਬਹੁ ਗਿਣਤੀਆਂ ਤੋਂ ਖੋਹ ਕੇ ਘੱਟ ਗਿਣਤੀਆਂ ਨੂੰ ਦੇ ਦਿੱਤੀ ਜਾਏਗੀ। ਅਸੀਂ ਇਸ ਮੁੱਦੇ ਦੇ ਉੱਤੇ ਗੱਲਬਾਤ ਕਰ ਰਹੇ ਹਾਂ। ਗੌਰਵ ਜੀ, ਇਹ 'ਚ ਇੱਕ ਲਾਈਨ ਐਡ ਕਰਦਾ ਬਸ, ਇਹ ਜਿਹੜਾ ਇਹਨਾਂ ਨੇ ਕਿਹਾ ਘੁਸਪੈਠੀਏ ਨੇ, ਕੌਣ ਨੇ ਘੁਸਪੈਠੀਏ, ਉਹ ਨਾਂ ਲੈ ਕੇ ਦੱਸਿਓ ਤੇ ਇਹ ਵੀ ਦੱਸਿਓ ਵੀ ਸਾਡੇ ਮੈਨੀਫੈਸਟੋ 'ਚ ਕਿੱਥੇ ਲਿਖਿਆ ਵੀ ਮੰਗਲ ਸੂਤਰ ਖੋਲੇ ਜਾਣਗੇ। ਠੀਕ ਹੈ ਜੋਸ਼ੀ ਸਾਹਿਬ, ਮੇਰਾ ਸਵਾਲ ਇਹ ਹੈ ਜੋਸ਼ੀ ਕਿ ਤੁਹਾਨੂੰ ਸਾਥ ਨਹੀਂ ਮਿਲ ਰਿਹਾ, ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਕਿਸੇ ਵੀ ਪਾਰਟੀ ਦੇ ਵੱਲੋਂ, ਤੁਹਾਨੂੰ ਉਸ ਦੇ ਉੱਤੇ ਇਨਫੈਕਟ ਅਕਾਲੀ ਦਲ ਦੇ ਵੱਲੋਂ ਵੀ ਤੁਹਾਨੂੰ ਸਾਥ ਨਹੀਂ ਮਿਲ ਰਿਹਾ, ਉਹਨਾਂ ਨੂੰ ਵੀ ਲੱਗ ਰਿਹਾ ਕਿ ਨਹੀਂ ਇਸ ਦੀ ਨਿੰਦਾ ਹੋਣੀ ਚਾਹੀਦੀ।
ਦੇਖੋ ਜੀ, ਮੈਂ ਇਹਨਾਂ ਨੂੰ ਇਹੋ ਕਹਾਂਗਾ ਕਿ ਹਮਨੇ ਉਨਕੋ ਉਤਨਾ ਦੇਖਾ ਜਿਤਨਾ ਦੇਖਾ ਜਾ ਸਕਤਾ ਥਾ। ਅਬ ਤੁਮ ਹੀ ਬਤਾਓ ਇਨ ਦੋ ਆਂਖੋ ਸੇ ਕਿਤਨਾ ਦੇਖਾ ਜਾ ਸਕਤਾ ਥਾ, ਜੋ ਇਹਨਾਂ ਨੂੰ ਨਜ਼ਰ ਆ ਰਿਹਾ ਇਹਨਾਂ ਨੇ ਉਹ ਬਿਆਨ ਕਰਨਾ। ਇਹਨਾਂ ਨੇ ਮੇਰੇ ਅਕਾਲੀ ਦਲ ਦੇ ਮੇਰੇ ਸਰਕਾਰਯੋਗ ਕਲੇਰ ਸਾਹਿਬ ਨੇ ਗੱਲ ਕੀਤੀ ਧਰਮ ਦੀ। ਮੈਂ ਚਲੋ ਮੈਂ ਤੁਹਾਨੂੰ ਕਹਿੰਦਾ ਕਿ ਇਹ ਤਾਂ ਅੱਜ ਦੀ ਡਿਬੇਟ ਬਹੁਤ ਖੂਬਸੂਰਤ ਡਿਬੇਟ ਹੈ, ਕਿਉਂਕਿ ਇਹ 'ਚ ਇੱਕ ਇਤਿਹਾਸਿਕ ਪਿਛੋਕੜ ਨਾਲ ਚੱਲਦਾ, ਧਾਰਮਿਕ ਵੀ ਨਾਲ ਚੱਲੇਗਾ। ਉਹ ਬ੍ਰਿਜ ਦੀ ਧਰਤੀ ਆ ਜਿਹੜੀ ਅਲੀਗੜ੍ਹ ਔਰ ਹਾਥਰਸ ਦੀ ਧਰਤੀ ਹੈ ਨਾ, ਅਲੀਗੜ੍ਹ ਜਿੱਥੇ ਤਾਲੇ ਬਣਦੇ ਨੇ ਜੀ, ਜਿਹਦੀ ਚਾਬੀ ਨਹੀਂ ਲੱਭਣੀ ਦੋਵਾਂ ਸ਼ਹਿਜ਼ਾਦਿਆਂ ਨੂੰ, ਅਤੇ ਹਾਥਰਸ ਹਿੰਗ ਦੀ ਧਰਤੀ ਆ, ਉੱਥੇ ਵੈਸੇ ਕਵੀ ਹਾਥਰਸ ਹੀ ਸਾਰੇ ਉੱਥੇ ਤਿਆਰ ਹੁੰਦੇ ਨੇ। ਉਹ ਬ੍ਰਿਜ ਦੀ ਧਰਤੀ ਦੇ ਉੱਤੇ ਆ ਕੇ ਪ੍ਰਧਾਨ ਮੰਤਰੀ ਜੀ ਨੇ ਇੱਕ ਲਫ਼ਜ਼ ਬੋਲਿਆ, ਦੋ ਲਫ਼ਜ਼ ਬੋਲੇ, ਰਾਧੇ ਰਾਧੇ। ਹਿੰਦੂ ਨਹੀਂ ਮੈਂ ਕਹਿ ਸਕਦਾ, ਆਈ ਐਮ ਸੋਰੀ, ਮੈਂ ਮਤਲਬ ਕਿਉਂਕਿ ਮੂੰਹ ਨਿਕਲ ਜਾਂਦਾ, ਸਨਾਤਨ ਪਰੰਪਰਾ ਦੇ ਵਿੱਚ ਜਦੋਂ ਤੁਸੀਂ ਬ੍ਰਿਜ ਧਰਤੀ ਦੇ ਉੱਤੇ ਐਂਟਰ ਕਰਦੇ ਹੋ ਜੀ, ਜਿੱਦਾਂ ਅਸੀਂ ਪੰਜਾਬ ਦੇ ਜੋ ਬੋਲੇ ਸੋਨੇ ਹਾਲ ਕਹਿੰਦੇ ਹਾਂ, ਰਾਜ ਕਰੇਗਾ ਖਾਲਸਾ ਪੰਥ ਕੀ ਜੀਤ, ਠੀਕ ਹੈ ਨਾ ਜੀ, ਇੱਦਾਂ ਅਸੀਂ ਜਦੋਂ ਉੱਥੇ ਐਂਟਰ ਕਰਦੇ ਉੱਥੇ ਰਾਧੇ ਰਾਧੇ ਕਹਿੰਦੇ ਹਾਂ, ਤਾਂ ਕਿ ਸਾਡਾ ਪ੍ਰਣਾਮ ਸਵੀਕਾਰ ਹੋਵੇ, ਕਿਉਂਕਿ ਉਹ ਧਰਤੀ ਵਿੱਚ ਠੀਕ ਹੈ ਬਿਹਾਰੀ ਜੀ ਦੇ ਨਾਲ ਰਾਧਾ ਰਾਣੀ ਨੂੰ ਜਾਣਿਆ ਜਾਂਦਾ, ਉਹ ਰਾਧਾ ਰਾਣੀ ਜੀ ਦੇ ਨਾਂ ਦੇ ਉੱਤੇ ਧਰਤੀ ਹੈ, ਬਰਸਾਨੇ ਦੀ ਧਰਤੀ, ਠੀਕ ਹੈ ਜੀ। ਸੋ ਰਾਧੇ ਰਾਧੇ ਕਹਿਣ ਦਾ ਉੱਥੇ ਮਕਸਦ ਇਹ ਸੀ, ਹੋਰ ਉੱਥੇ ਕੋਈ ਧਰਮ ਦਾ, ਕਿਉਂਕਿ ਅਸੀਂ ਸਵੇਰੇ ਉੱਠਦੇ ਹਾਂ ਰੱਬ ਦਾ ਨਾਂ ਲੈਂਦੇ ਹਾਂ। ਚਲੋ ਮੈਂ ਟੌਪਿਕ ਦੇ ਉੱਤੇ ਆਵਾਂ, ਟੌਪਿਕ ਦੇ ਉੱਤੇ ਆ ਰਿਹਾ, ਟੌਪਿਕ ਦੇ ਉੱਤੇ ਆ ਰਿਹਾ। ਕਾਂਗਰਸ ਕਹਿ ਰਹੀ ਹੈ ਕਿ ਉਸ ਭੈਠੀਏ ਕੌਣ ਨੇ, ਦੇਖੋ ਯਾ ਮੰਗਲ ਸੂਤਰ ਵਾਲੀ ਜਿਹੜੀ ਗੱਲ ਤੁਸੀਂ ਠੀਕ ਹੈ ਪਹਿਲਾਂ ਕਹਿ ਦਿੱਤਾ ਕਿ ਆਪਾਂ ਕਹਿ ਦਿੰਦੇ ਹਾਂ ਕਿ ਕੌਡੀ ਦਾ ਬੰਦਾ ਨਹੀਂ ਤਾਂ ਅੱਜ ਕੱਲ੍ਹ ਕੌਡੀ ਤਾਂ ਲੱਭਦੀ ਨਹੀਂ ਕਿਤੇ, ਬਿਲਕੁਲ ਬਿਲਕੁਲ ਕਹਿ ਰਹੇ ਹੋ ਕਿ ਇੱਕ ਸਿੰਬੋਲਿਕ ਸਟੇਟਮੈਂਟ ਹੈ ਮੰਗਲ ਸੂਤਰ। ਮੈਂ ਉੱਤੇ ਬੜੇ ਵਿਸਤਾਰ ਨਾਲ ਤੁਹਾਨੂੰ ਜਾਣਕਾਰੀ ਦੇ ਚੁੱਕਿਆ ਵਾਂ ਕਿ ਕਾਂਗਰਸ ਦੀ ਸ਼ੁਰੂ ਤੋਂ ਫਿਤਰਤ ਕੀ ਆ। ਕਾਂਗਰਸ ਨੇ ਜਿੰਨੇ ਵੀ ਹੁਣ ਤੱਕ ਕੰਮ ਕੀਤੇ ਨੇ, ਜਦੋਂ 1947 'ਚ ਵੰਡ ਹੋ ਕੇ, ਤੁਹਾਨੂੰ ਸ਼ਾਇਦ ਯਾਦ ਹੋਵੇ 1949 ਦੇ ਵਿੱਚ ਵੀ ਇੱਕ ਬਣਿਆ ਸੀਗਾ ਐਗਰੀਮੈਂਟ, ਭਾਰਤ ਦੇ ਪ੍ਰਧਾਨ ਮੰਤਰੀ ਔਰ ਪਾਕਿਸਤਾਨ ਦੇ ਪ੍ਰਧਾਨ ਉਹਨੂੰ ਕਹਿੰਦੇ ਸੀਗੇ ਸ਼ਾਇਦ ਲਿਆਕਤ ਅਲੀ ਜਵਾਹਰ, ਇੱਦਾਂ ਦਾ ਕੋਈ ਨਾਮ ਦਾ ਕੋਈ ਐਗਰੀਮੈਂਟ ਸੀ, ਮੈਨੂੰ ਐਗਜੈਕਟ ਲਾਈਨ ਨਹੀਂ ਯਾਦ। ਉਹਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਿਨ੍ਹਾਂ ਬੰਦਿਆਂ ਨੂੰ ਆਪਣੀਆਂ ਜ਼ਮੀਨਾਂ ਨਹੀਂ ਮਿਲੀਆਂ, ਜਾਇਦਾਦਾਂ ਨਹੀਂ ਮਿਲੀਆਂ, ਉਹ ਇੱਕ ਦੂਜੇ ਮੁਲਕ ਆ ਜਾ ਕੇ ਵੇਚ ਸਕਦੇ ਨੇ। ਉਸ ਤੋਂ ਬਾਅਦ ਇਹਨਾਂ ਨੂੰ ਉਹਨੂੰ ਖੂਹ ਖਾਤੇ ਪਾ ਦਿੱਤਾ। ਨਹੀਂ ਪਰ ਜੋਸ਼ੀ ਸਾਹਿਬ ਦੇਖੋ ਸਵਾਲ ਇਹ ਹੈ ਨਾ, ਲੋਕ ਇਹ ਵੀ ਜਾਣਨਾ ਚਾਹੁੰਦੇ ਹੋਣਗੇ ਕਿ 2004 ਤੋਂ 14 ਤੱਕ ਕਾਂਗਰਸ ਸੱਤਾ ਦੇ ਵਿੱਚ ਰਹੀ ਹੈ, ਤਾਂ ਉਸ ਸਮੇਂ ਨਹੀਂ ਉਹਨਾਂ ਨੇ ਵੰਡ ਦਿੱਤੀ ਕਿਸੇ ਦੀ ਜ਼ਮੀਨ ਲੈ ਕੇ ਕਿਸੇ ਨੂੰ। ਦੇਖੋ 2004 ਤੋਂ ਕਾਂਗਰਸ ਦੀ ਸੱਤਾ ਨਹੀਂ ਸੀ ਹੈਗੀ, ਆਪਣਾ ਫਿਕਰਾ ਵਾਪਸ ਲਓ, ਉਹ UPA ਦੀ ਸਰਕਾਰ ਸੀ, ਠੀਕ ਹੈ, ਇੱਕ ਉਹ ਕਾਂਗਰਸ ਦੀ ਪ੍ਰਚੰਡ ਬਹੁਮਤ ਵਾਲੀ ਸਰਕਾਰ ਨਹੀਂ ਸੀ ਹੈਗੀ, ਠੀਕ ਹੈ ਜੀ, ਪਹਿਲੀ ਗੱਲ ਇਹ ਆ। ਦੂਸਰੀ ਗੱਲ, ਉਹ ਸਿਰਫ ਔਰ ਸਿਰਫ ਐਂਟਰੀ ਕੀਤੀ ਸੀ ਜਿਹੜਾ ਕਿ ਖੇਤੀ ਦੇ ਕਾਨੂੰਨ ਨੂੰ ਇੱਕ ਆਯੋਗ ਬਣਾਇਆ ਗਿਆ ਸੀ 2003 ਦੇ ਵਿੱਚ NDA ਦੀ ਸਰਕਾਰ ਨੇ, ਜੋ ਕਲਦਰ ਵੀ ਸਾਡਾ ਭਾਈਵਾਲ ਸੀ। ਕੁਛ ਭੇਟੇ ਕੌਣ ਆ, ਇੱਕ ਮਿੰਟ ਮੈਂ ਗੱਲ ਕਰਦਾ, ਠੀਕ ਹੈ, ਕੰਪਲੀਟ ਕਰੋ ਸਰ, ਕੰਪਲੀਟ ਕਰੋ, ਸਮਾਂ ਬਹੁਤ ਪੂਰਾ ਪੂਰਾ ਬਣਾ ਇਨ ਫੈਕਟ। ਕੁਛ ਭੇਟੇ ਨੇ ਸਭ ਤੋਂ ਪਹਿਲੋ ਉਹ ਵਿਦੇਸ਼ੀ ਨੇ ਜਿਹੜੇ ਸਾਡੇ ਮੁਲਕ ਦੀ ਸੱਤਾ ਦੇ ਆ ਕੇ ਬੈਠੇ ਨੇ। ਕੌਣ ਕੌਣ ਕੱਲ ਕਰ ਲੈਂਦੇ ਖੜਿਆਲ, ਖੜਿਆਲ ਸਾਹਿਬ ਜੀ, ਤੁਹਾਨੂੰ ਇਤਿਹਾਸ ਦਾ ਨਹੀਂ ਨਾ ਪਤਾ ਤੇ ਤੁਸੀਂ ਇਤਿਹਾਸ ਬਾਰੇ ਜਾਣਕਾਰੀ ਲੈ ਲਓ, ਦੱਸ ਦਾਂਗੇ ਤੁਹਾਨੂੰ। ਮੈਂ ਕਹਿਣ ਤੇ ਡਿਆ ਵਾ ਜਵਾਬ, ਪੰਜਾਬ ਦੇ ਜ਼ਿਮੀਦਾਰਾਂ ਨੇ ਕੈਰੋ ਸਾਹਿਬ, ਇੱਕ ਬੇਨਤੀ ਕਰਾਂ ਜੋ ਸਾਹਿਬ, ਇੱਕ ਬੇਨਤੀ, ਮੋਦੀ ਸਾਹਿਬ ਨੇ ਗੱਲ ਕਹੀ ਹੈ, ਕੁਛ ਭੇਠੀਏ ਉਹਨਾਂ ਨੇ ਜ਼ਿਕਰ ਕੀਤਾ, ਇੱਕ ਐਟਰੀਬਿਊਟ ਕੀਤਾ ਉਹਨਾਂ ਨੇ ਬਿਆਨ, ਉਹ ਕਿਹਨੂੰ ਐਟਰੀਬਿਊਟ ਕਰ ਰਹੇ ਹੋ? ਉਹ ਉਹਨਾਂ ਨੂੰ ਐਟਰੀਬਿਊਟ ਕੀਤਾ ਜਿਨ੍ਹਾਂ ਕੋਲ ਨਾ ਦਿੱਤੇ ਵੋਟ ਪਾਉਣ ਦਾ ਹੱਕ ਵਾ, ਜਿਹੜੇ ਨਾ ਇੱਥੇ ਕਿਸੇ ਗਿਣਤੀ 'ਚ ਆਉਂਦੇ ਨੇ, ਜਿਹੜੇ ਕੁਛ ਭੇਠ ਕਰ ਚੁੱਕੇ ਨੇ ਕਈ ਸਾਲ ਪਹਿਲਾਂ ਇੱਥੇ, ਠੀਕ ਹੈ, ਕੌਣ ਇਹ ਮਹਾਰਾਜ, ਇਹ ਵੀ ਆ ਸੱਤਾ ਜਾ ਰਹੇ ਹਾਂ ਆਪਾਂ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਾਂਗੇ, ਕਿਉਂਕਿ ਚਲੋ ਹੁਣ ਹੀ ਆਪਦਾ ਲੱਗਾ ਵਾ। ਇੱਕ ਮਿੰਟ ਅੱਗੇ ਵਧ ਰਿਹਾ, ਅੱਗੇ ਵਧ ਰਿਹਾ, ਕਿਸੇ ਧਰਮ ਦਾ ਜੋਸ਼ੀ ਸਾਹਿਬ, ਇੱਕ ਸੈਕਿੰਡ ਜੋਸ਼ੀ ਸਾਹਿਬ, ਇੱਕ ਸੈਕਿੰਡ, ਹੁਣ ਅੱਗੇ ਹੁਣ ਅੱਗੇ ਆ ਜਾਓ, ਹੁਣ ਇਹਨਾਂ ਧਰਮ ਦੀ ਗੱਲ ਕੀਤੀ ਆ। ਨਹੀਂ ਦੇਖੋ, ਧਰਮ ਵਾਲੀ ਗੱਲ ਹੈ, ਉਹਦਾ ਸਿੱਧਾ ਸਟੇਟਮੈਂਟ ਜਿਹੜੇ ਮੁਸਲਮਾਨਾਂ ਦਾ ਜ਼ਿਕਰ ਹੈ ਪ੍ਰਧਾਨ ਮੰਤਰੀ ਦੀ ਨਾ, ਸਰ ਜੀ ਅਲਪ ਸੰਖਿਆਕ ਦੀ ਗੱਲ ਕੀਤੀ ਆ, ਅਲਪ ਸੰਖਿਆਕ ਦੀ ਗੱਲ ਕੀਤੀ, ਉਹ ਮੁਸਲਮਾਨ ਦੀ ਤੁਸੀਂ ਗੱਲ ਕੀਤੀ ਆ, ਮੈਂ ਸਿੱਧਾ ਗੱਲ ਕਹਿਣਾ, ਪ੍ਰਧਾਨ ਮੰਤਰੀ ਜੀ ਦੀ ਸਪੀਚ ਸੁਣੀ ਤੁਸੀਂ ਪੂਰੀ ਤਰ੍ਹਾਂ? ਉਹਨਾਂ ਨੇ 3 ਤਲਾਕ ਵਾਲੀਆਂ ਉਹ ਮੁਸਲਮ ਭੈਣਾਂ ਦੀ ਗੱਲ ਕੀਤੀ ਹੈ, ਉਹਨਾਂ ਨੇ ਇਹ ਗੱਲ ਕੀਤਾ ਕਿ ਕਿੱਦਾਂ ਪ੍ਰਧਾਨ ਮੰਤਰੀ ਜੀ ਸਾਊਦੀ ਅਰਬ ਦੇ ਕਿੰਗ ਨੂੰ ਮਿਲ ਕੇ ਉਹਨਾਂ ਨੇ ਮੁਸਲਿਮ ਭਾਈਚਾਰੇ ਵਾਸਤੇ ਹੱਜ ਦੀਆਂ ਸੀਟਾਂ ਵਧਾਈਆਂ।
ਉਹਨਾਂ ਨੇ ਉਹ ਜ਼ਿਕਰ ਕੀਤਾ ਕਿ ਜਦੋਂ ਤਿੰਨ ਤਲਾਕ ਦੇ ਵਿੱਚ ਸਾਡੀਆਂ ਬੇਟੀਆਂ ਭੈਣਾਂ ਮੁਸਲਮਾਨ ਬੱਚੀਆਂ ਸਾਡੀਆਂ, ਸੁਣ ਲਓ ਗੱਲ ਪੂਰੀ ਸੁਣ ਲਓ, ਜਦੋਂ ਉਹ ਇਸ ਤਰਾਸ ਦੇ ਸ਼ਿਕਾਰ ਹੁੰਦੇ ਸੀ ਉਹਨਾਂ ਦੇ ਨਾਲ ਉਹਦੇ ਪਰਿਵਾਰ ਵੀ ਅਸਰ ਪਾਉਂਦਾ ਸੀਗਾ। ਅੱਜ ਇਹਨਾਂ ਨੂੰ ਇਹ ਗੱਲਾਂ ਸਮਾਂ ਬਹੁਤ ਪੂਰਾ ਪੂਰਾ ਨਾ, ਮੈਂ ਕਾਂਗਰਸ ਨੂੰ, ਇੱਕ ਮਿੰਟ, ਮੈਂ ਕਾਂਗਰਸ ਨੂੰ ਵਿੱਚ ਨਾ ਬੋਲੇ, ਕਾਂਗਰਸ ਨੂੰ ਇੰਨਾ ਸਵਾਲ ਪੁੱਛਣਾ ਚਾਹੁੰਦਾ ਵੀ ਤੂੰ ਤੁਹਾਡੇ ਕੋਲ ਪੁੱਛ ਕੇ ਨੀ ਡਿਬੇਟ ਹੋਣੀ, 10 ਸੈਕਿੰਡ ਕੰਕਲੂਡ ਕਰ ਲਓ, ਬੋਲ ਕੇ ਦੱਸੋ, ਮੈਂ ਰਿਕੁਐਸਟ ਕਰ ਰਿਹਾ, ਮੈਂ ਰਿਕੁਐਸਟ ਕਰ ਰਿਹਾ, ਬੋਲੋਗੇ ਕਿਦਾਂ ਬੋਲੋਗੇ, ਬੋਲੋਗੇ ਕਿਦਾਂ ਬੋਲੋਗੇ, ਮੈਂ ਕਾਂਗਰਸ ਨੂੰ ਇੰਨੀ ਗੱਲ ਪੁੱਛਦਾ ਵਾਂ, ਮੈਂ ਕਾਂਗਰਸ ਨੂੰ ਇੰਨੀ ਗੱਲ ਪੁੱਛਦਾ ਵਾਂ, ਅਲਪ ਸੰਖਿਅਕ ਦੀ ਗੱਲ ਕੀਤੀ ਆ, ਤੁਸੀਂ ਜੈਨ ਸਮੁਦਾਇ ਵਾਸਤੇ ਅੱਜ ਤੱਕ ਕੀ ਕੀਤਾ? ਉਹ ਜਿਹੜੀ ਸ਼ਿਵ ਸੈਨਾ ਨੂੰ ਨਾਲ ਲੈ ਕੇ ਫਿਰਦੇ ਪਏ ਜੀ ਨਾ, ਉਹ ਸ਼ਿਵ ਸੈਨਾ ਨੇ ਜੈਨ ਧਰਮ ਦੀ ਬਿਲਡਿੰਗ ਦੇ ਮੂਹਰੇ ਵਿਪਾਸ਼ਨਾ ਦੀ ਗੱਲ ਕੀਤੀ ਆ। ਅੱਜ ਕਾਂਗਰਸ ਅਲਪ ਸੰਖਿਅਕ ਦੀ ਗੱਲ ਪਤਾ ਕਿਉਂ ਕਰਦੀ ਆ? ਇਹਨਾਂ ਨੂੰ ਪਤਾ ਵਾ ਕਿ ਭਾਰਤੀ ਜਨਤਾ ਪਾਰਟੀ ਦਾ ਮੁੱਦਾ ਕੀ ਸੀ, 370 ਤੋੜਨਾ, ਰਾਮ ਮੰਦਿਰ ਬਣਾਉਣਾ। ਅੱਜ ਭਾਰਤੀ ਜਨਤਾ ਪਾਰਟੀ ਨੂੰ ਪ੍ਰਚੰਡ ਬਹੁਮਤ ਨਾਲ ਵੋਟ ਪੈਂਦੀ ਪਈ ਆ, ਔਰ ਇਹਨਾਂ ਨੇ ਉਹ ਚੀਜ਼ਾਂ ਬੁਲਾਈ ਕਰ, ਚਲੋ ਠੀਕ ਹੈ, ਤੁਹਾਡੀ ਤੁਹਾਡੀ ਗੱਲ ਆ ਗਈ, ਤੁਸੀਂ ਪਲੀਜ਼ ਥੋੜੇ ਹੁਣ ਵੇਟ ਕਰਿਓ, ਮੇਰੇ ਰਿਕੁਐਸਟ ਹੈ ਥੋੜੀ ਵੇਟ ਕਰਿਓ, ਥੋੜੀ ਵੇਟ ਕਰਿਓ ਸਰ, ਸਮਾਂ ਬਹੁਤ, ਤੁਸੀਂ ਆਲਰੇਡੀ ਲੈ ਚੁੱਕੇ ਹੋ, ਤੁਸੀਂ ਬਹੁਤ ਤਫਸੀਲ ਨਾਲ, ਨਰਿੰਦਰ ਮੋਦੀ ਜੀ ਨੇ ਇੱਕ ਸੈਕਿੰਡ ਸਰ, ਇੱਕ ਸੈਕਿੰਡ, ਇੱਕ ਸੈਕਿੰਡ, ਇੱਕ ਸੈਕਿੰਡ, ਬਿਲਕੁਲ ਕਿਸੇ ਧਰਮ ਨਾਲ ਸੰਬੰਧ ਰੱਖ ਕੇ ਨਹੀਂ ਕੀਤੀ ਗੱਲ, ਠੀਕ ਹੈ, ਉਹਨਾਂ ਨੇ ਹਰ ਧਰਮ ਦੀ ਇੱਜ਼ਤ ਕੀਤੀ ਆ, ਹਰ ਧਰਮ ਬਾਰੇ, ਠੀਕ ਹੈ, ਚਲੋ ਮੈਂ ਹੋਰ ਸਪੈਸਿਫਿਕ ਹੋ ਗਿਆ, ਥੋੜੇ ਥੋੜੇ ਵੇਟ ਕਰੋ, ਇੱਕ ਸੈਕਿੰਡ, ਸਿੱਖ ਧਰਮ ਬਾਰੇ ਕਾਂਗਰਸ ਨੇ ਕੀ ਕੀਤੀ ਗੱਲ, ਠੀਕ ਹੈ, ਇੱਕ ਸੈਕਿੰਡ ਸਰ, ਇੱਕ ਸੈਕਿੰਡ ਰੁਕੋ ਨਾ, ਮੈਂ ਆਪ ਜਵਾਬ ਲੈਣਾ, ਜਵਾਬ ਲੈਣਾ ਪਏਗਾ, ਖੜਿਆਲ ਸਾਹਿਬ, ਖੜਿਆਲ ਸਾਹਿਬ ਸੁਣੋ, ਇੱਕ 6 ਅਪ੍ਰੈਲ ਦੀ ਸਟੇਟਮੈਂਟ ਸੁਣੋ, ਦੱਸੋ ਕਾਂਗਰਸ ਦਾ ਕੀ ਵਿਚਾਰ ਹੈ, ਇੱਕ ਸੈਕਿੰਡ ਸਰ, ਇੱਕ ਸੈਕਿੰਡ, 6 ਅਪ੍ਰੈਲ ਦੀ ਰਾਹੁਲ ਗਾਂਧੀ ਦੀ ਇੱਕ ਸਟੇਟਮੈਂਟ ਜੋ ਹੈਦਰਾਬਾਦ ਦੇ ਵਿੱਚ ਦਿੱਤੀ ਗਈ, ਉਸ ਦਾ ਜ਼ਿਕਰ ਹੋ ਰਿਹਾ ਹੈ ਇਸ ਸਮੇਂ, ਇਹ ਕਿਆਸ ਲਗਾਏ ਜਾ ਰਹੇ ਨੇ ਕਿ ਉਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ, ਇਹ ਕਿਹਾ ਗਿਆ ਕਿ ਹੈਦਰਾਬਾਦ, ਇੱਕ ਸੈਕਿੰਡ ਸਰ, ਹੈਦਰਾਬਾਦ ਦੇ ਵਿੱਚ ਰਾਹੁਲ ਗਾਂਧੀ ਸਟੇਟਮੈਂਟ ਜਿਸ ਦੇ ਵਿੱਚ ਉਹ ਪ੍ਰੋਮਿਸ ਕਰਦੇ ਨਜ਼ਰ ਆਏ, ਜਿਸ ਨੂੰ ਆਧਾਰ ਬਣਾਇਆ ਜਾ ਰਿਹਾ, ਫਾਈਨੈਂਸ਼ੀਅਲ ਐਂਡ ਇੰਸਟੀਟਿਊਸ਼ਨਲ ਸਰਵੇ ਫੋਰ ਰੀਡਿਸਟ੍ਰੀਬਿਊਸ਼ਨ ਆਫ ਦਾ ਕੰਟਰੀਜ਼ ਵੈਲਥ ਐਂਡ ਜੋਬਸ, ਇਹ ਪੂਰਾ ਮਾਮਲਾ ਉੱਥੋਂ ਸ਼ੁਰੂ ਹੋਇਆ। ਪ੍ਰਧਾਨ ਮੰਤਰੀ ਕਹਿ ਰਹੇ ਕਿ ਦੇਖੋ, ਇਹ ਕਹਿ ਰਹੇ ਕਿ ਪੂਰਾ ਸਰਵੇ ਕਰਵਾਵਾਂਗੇ ਪੂਰੀ ਵੈਲਥ ਦਾ, ਅਤੇ ਉਸ ਤੋਂ ਬਾਅਦ ਅਸੀਂ ਜਿਹੜੇ ਜਿਹਨਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਦੇਵਾਂਗੇ। ਉਹਨਾਂ ਨੇ ਨਾਲ ਇੱਥੇ ਅਟੈਚ ਕੀਤਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਸੀ ਡਾਕਟਰ ਮਨਮੋਹਨ ਸਿੰਘ, ਉਹਨਾਂ ਨੇ ਕੀ ਕਿਹਾ ਸੀ ਕਿ ਦੇਸ਼ ਦੀ ਸੰਪੱਤੀ 'ਤੇ ਪਹਿਲਾ ਹੱਕ ਮੁਸਲਮਾਨਾਂ ਦਾ। ਤਾਂ ਇਹ ਦੋਵੇਂ ਚੀਜ਼ਾਂ ਆਪਸ ਦੇ ਵਿੱਚ ਕੋਰਲੇਟ ਕਰਕੇ ਉਹ ਤੁਹਾਡੇ ਉੱਪਰ ਇਲਜ਼ਾਮ ਲਗਾ ਰਹੇ ਨੇ ਕਿ ਵਾਕਈ ਹੀ ਦੇਸ਼ ਦੇ ਵਿੱਚ ਲੋਕਾਂ ਦੀ ਸੰਪੱਤੀ ਨੂੰ ਤੁਸੀਂ ਦੁਬਾਰਾ ਸਰਵੇ ਕਰਵਾਓਗੇ ਜੇ ਸਰਕਾਰ ਬਣਦੀ ਹੈ ਜਾਂ ਨਹੀਂ ਬਣਾਓ। ਮੈਂ ਉਹਦਾ ਜਵਾਬ ਦੇਣਾ ਹੁਣ ਕਰੋ ਜੀ। ਪਹਿਲੀ ਗੱਲ, ਕਾਂਗਰਸ ਪਾਰਟੀ ਨੇ ਇਨਸ਼ੋਰ ਕਰਨਾ ਹੈ ਕਾਸਟ ਸੈਂਸਸ ਹੋਵੇ, ਜਿਹੜੀ ਚੀਜ਼ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪਿਛਲੇ 10 ਸਾਲਾਂ ਤੋਂ ਅਪੋਜ਼ ਕਰਦੀ ਆਈ ਹੈ। 10 ਸਾਲ 'ਚ ਇਹਨਾਂ ਕੋਲ ਟਾਈਮ ਹੀ ਟਾਈਮ ਸੀ, ਜਿੰਨਾ ਚਿਰ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਨੰਬਰਸ ਕੀ ਹੈ, ਇਟ ਇਜ਼ ਨੋਟ ਪੋਸੀਬਲ ਫੋਰ ਅਸ ਟੂ ਹੈਲਪ ਦੈਮ ਇਨ ਐਨੀ ਵਿਚ ਵੇ। ਇਹ ਬੀਜੇਪੀ, ਇਹਨੂੰ ਨਾ ਭਾਰਤੀ ਜਨਤਾ ਪਾਰਟੀ ਨੂੰ ਇਸ ਚੀਜ਼ ਤੋਂ ਤਕਲੀਫ ਹੈ। ਦੂਜੀ ਗੱਲ ਗੌਰਵ ਜੀ, ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜੋ ਨੈਸ਼ਨਲਿਜ਼ਮ 'ਤੇ ਲੈਕਚਰ ਦਿੰਦੀ ਹੈ ਨਾ, ਕੌਣ ਸੀ ਜੋ ਪਾਕਿਸਤਾਨ ਗਏ ਸੀ ਅਨਅਨਾਊਂਸ ਸਰਪ੍ਰਾਈਜ਼ ਵਿਜ਼ਿਟ 'ਤੇ, ਉੱਥੇ ਜਾ ਕੇ ਆਪਦੇ ਕਾਊਂਟਰਪਾਰਟ ਨੂੰ, ਫਾਰਮਰ ਪ੍ਰਾਈਮ ਮਿਨਿਸਟਰ ਨਵਾਜ਼ ਸ਼ਰੀਫ ਜੀ ਨੂੰ ਜਨਮਦਿਨ ਕਿਹਨੇ ਵਿਸ਼ ਕੀਤਾ, ਕਸ਼ਮੀਰੀ ਚਾਹ ਕਿਹਨੇ ਪੀਤੀ, ਬਿਰਿਆਨੀ ਕਿਹਨੇ ਖਾਧੀ, ਉੱਥੇ ਉਹਨਾਂ ਦੇ ਚੌਪਰ 'ਚ ਕੌਣ ਬੈਠਾ ਪ੍ਰੋਟੋਕੋਲ ਤੋੜ ਕੇ। ਦੂਜਾ, ਇਹ ਸਾਨੂੰ ਲੈਕਚਰ ਦਿੰਦੇ ਹੈ, ISI ਨੂੰ ਕਿਹੜੀ ਸਰਕਾਰ ਨੇ ਇਜਾਜ਼ਤ ਦਿੱਤੀ ਸੀ ਪਠਾਨਕੋਟ ਏਅਰਬੇਸ 'ਚ ਆਉਣ ਦੀ? ਇਹਨਾਂ ਨੂੰ ਤਾਂ ਮਾਫ਼ੀ ਮੰਗਣੀ ਚਾਹੀਦੀ ਹੈ। ਤੀਜੀ ਗੱਲ, ਇਹ ਕਿਉਂ ਹੋ ਰਿਹਾ ਗੌਰਵ ਜੀ,
ਅਟੈਂਸ਼ਨ ਡਾਈਵਰਟ ਕਰਨਾ ਚਾਹੁੰਦੇ ਹੈ ਜਿਹੜੇ ਅਸਲ ਮੁੱਦੇ ਉਹਨਾਂ ਤੋਂ। ਇਹਨਾਂ ਨੂੰ ਪਤਾ ਲੱਗ ਗਿਆ ਕਿ ਬੇਰੋਜ਼ਗਾਰੀ ਤੇ ਸਾਡਾ ਬਹੁਤ ਵੱਡਾ ਫੇਲੀਅਰ ਹੈ, ਬਲੰਡਰ ਹੈ। ਇਹਨਾਂ ਨੂੰ ਪਤਾ ਹੈ ਕਿ ਸਾਡੇ ਤੋਂ ਮਹਿੰਗਾਈ ਕੰਟਰੋਲ ਨਹੀਂ ਹੋਈ, ਅਸਮਾਨ ਛੂ ਰਹੀ ਹੈ। ਇਹਨਾਂ ਨੂੰ ਪਤਾ ਹੈ ਕਿ ਗੁਰਬਤ ਹੀ ਗੁਰਬਤ ਹੈ। ਸੋ ਤਾਂ ਕਿ ਅਟੈਂਸ਼ਨ ਡਾਇਵਰਟ ਕਰ ਸਕਣ, ਇਹ ਜੇ ਬਿਆਨ ਦੇ ਰਿਹਾ ਤਾਂ ਕਿ ਲੋਕਾਂ ਦਾ ਧਿਆਨ ਹਟੇ ਫੇਲੀਅਰ ਤੋਂ। ਰੀਡਿਸਟ੍ਰੀਬਿਊਟ ਕਰਨ ਵਾਲੀ ਸਟੇਟਮੈਂਟ ਤੇ ਕਾਂਗਰਸ ਸਟੈਂਡ ਕਰਦੀ ਹੈ ਕਿ ਜਿਹੜੀ ਕੰਟਰੀ ਦੀ ਵੈਲਥ ਤੇ ਜੌਬਸ ਨੇ ਉਸ ਨੂੰ ਰੀਡਿਸਟ੍ਰੀਬਿਊਟ ਕੀਤਾ ਜਾਵੇ। ਮੈਂ ਉਹੀ ਦੱਸ ਰਿਹਾ ਕਿ ਰੀਡਿਸਟ੍ਰੀਬਿਊਸ਼ਨ ਇਜ਼ ਵਨ ਥਿੰਗ, ਲੇਕਿਨ ਕਹਿਣਾ ਕਿ ਮੰਗਲ ਸੂਤਰ ਖੋਲੇ ਜਾਣਗੇ, ਕੁਝ ਭੇਟੀਆਂ ਨੂੰ ਦਿੱਤੇ ਜਾਣਗੇ ਜਿਨ੍ਹਾਂ ਦੇ ਜਵਾਕ ਜ਼ਿਆਦਾ ਹੁੰਦੇ ਆ। ਮੈਂ ਦੱਸਦਾ ਰੀਡਿਸਟ੍ਰੀਬਿਊਸ਼ਨ ਦਾ ਮਤਲਬ ਕੀ ਹੈ। ਹਿੰਦੁਸਤਾਨ ਚ 40% ਵੈਲਥ, 40% ਵੈਲਥ 1% ਦੇ ਵਿੱਚ ਕੰਸੈਂਟ੍ਰੇਟਿਡ ਹੈ। ਉਸ ਟਾਈਮ ਤੇ ਜਦੋਂ ਲੋਕਾਂ ਦੇ ਸਿਰ ਤੇ ਛੱਤ ਨਹੀਂ, ਪਾਉਣ ਨੂੰ ਕੱਪੜੇ ਨਹੀਂ, ਪੀਣ ਨੂੰ ਪਾਣੀ ਨਹੀਂ, ਖਾਣ ਨੂੰ ਕਾਲਾ ਨਹੀਂ, ਤੇ ਵੀ ਵਾਂਟ ਟੂ ਮੇਕ ਸ਼ੋਰ ਇਕੁਆਲਿਟੀ ਇਜ਼ ਦੇਅਰ, ਦੈਟ ਇਜ਼ ਇਟ। ਲੇਕਿਨ ਇਹਨਾਂ ਨੇ ਉਹਨੂੰ ਮਿਸਲੀਡ ਕੀਤਾ, ਬੇਸਲੈਸ ਐਲੀਗੇਸ਼ਨ ਲਾਏ, ਤੇ ਜਦੋਂ ਅਸੀਂ ਸਵਾਲ ਪੁੱਛਿਆ ਕੌਣ ਨੇ ਕੁਛ ਭੇਟੀਏ, ਕੀ ਜਵਾਬ ਆਇਆ ਜੋਸ਼ੀ ਸਾਹਿਬ ਦਾ, ਇਹ ਕਹਿੰਦੇ ਜੀ ਮੈਂ ਇਹ ਤੇ ਬੋਲੂਗਾ ਨਹੀਂ ਕਿਉਂਕਿ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ, ਮੈਂ ਤਾਂ ਧਰਮ ਦੀ ਗੱਲ ਕਰੂੰਗਾ ਨਹੀਂ। ਦੇਅਰਫੋਰ ਸੁਜੈਸਟਿੰਗ ਕਿ ਮੋਦੀ ਸਾਹਿਬ ਨੇ ਕੀਤੀ, ਉਹਨਾਂ ਨੇ ਆਪ ਸੁਜੈਸਟ ਕਰਤਾ ਇੰਡਾਇਰੈਕਟਲੀ। ਲਾਸਟ ਚੀਜ਼ ਗੌਰਵ ਜੀ, ਅਸੀਂ ਇਹਨੂੰ ਕੰਡੈਮ ਕਰਦੇ ਹਾਂ ਦਾ ਹਾਰਸ਼ੈਸਟ ਪੋਸੀਬਲ ਵਰਡਸ, ਕੰਪਲੇਂਟ ਤਾਂ ਕਰਾਂਗੇ ਕਰਾਂਗੇ ਵਿਦ ਦੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ, ਲੇਕਿਨ ਜ਼ਰੂਰੀ ਗੱਲ ਲੋਕਾਂ ਦੀ ਅਦਾਲਤ ਦੇ ਵਿੱਚ ਭਾਰਤੀ ਜਨਤਾ ਪਾਰਟੀ ਅੱਜ ਇਹ ਚੀਜ਼ ਸਾਬਤ ਕਰੇ ਕਿ ਇਹ ਸਭ ਦੀ ਇੱਜ਼ਤ ਬਰਾਬਰ ਕਰਦੇ। ਜੋਸ਼ੀ ਸਾਹਿਬ ਕਹਿਣ ਇੰਨੀ ਗੱਲ ਕਵੇ ਅੱਜ ਭਾਰਤੀ ਜਨਤਾ ਪਾਰਟੀ ਕਿ ਸਿੱਖਾਂ ਦਾ, ਮੁਸਲਿਮਸ ਦਾ, ਕ੍ਰਿਸਚਨਸ ਦਾ ਤੇ ਹਿੰਦੂਸ ਦਾ ਸਾਰਾ ਹਿੰਦੁਸਤਾਨ ਹੈਗਾ, ਕਹੋ। ਬਿਲਕੁਲ, ਮੈਂ ਇੰਨੀ ਗੱਲ ਕਹਿੰਦਾ ਸਾਰਾ ਹਿੰਦੁਸਤਾਨ ਕਾਂਗਰਸ ਪਾਰਟੀ ਨਾਮ ਲੈ ਕੇ ਕਹੋ। ਮੈਂ ਕਹਿੰਦਾ ਜੀ ਕਾਂਗਰਸ ਪਾਰਟੀ ਨਾਮ ਲੈ ਕੇ ਕਹਿ ਦੋ ਕਿ ਲਵ ਜਿਹਾਦ ਨਾਮ ਲੈ ਕੇ ਕਹਿ ਦੋ ਕਿ ਸਿੱਖਾਂ ਦਾ, ਮੁਸਲਿਮ ਦਾ, ਕ੍ਰਿਸਚਨ ਦਾ, ਹਿੰਦੂਆਂ ਦਾ, ਮੁਸਲਮਾਨਾਂ ਦਾ, ਇਸਾਈਆਂ ਦਾ, ਸਭ ਦਾ ਹੈਗਾ, ਸਾਰਿਆਂ ਦਾ, ਬੁੱਧਾਂ ਦਾ ਵੀ ਆ, ਜੈਨੀਆਂ ਦਾ ਵੀ ਆ, ਹੈਗਾ ਸਾਰਾ ਦਾ ਹਿੰਦੁਸਤਾਨ। ਮੈਂ ਕਿਹਨੂੰ ਕਿਹਾ ਫਿਰ? ਮੈਂ ਸਿੱਧੀ ਗੱਲ ਇੱਥੇ ਦੱਸਦਾ, ਕਿਹਨੂੰ ਕਿਹਾ? ਮੈਂ ਸਿੱਧੀ ਗੱਲ ਕਹਿੰਦਾ, ਠੀਕ ਹੈ ਸਾਰੇ ਵੇਟ ਕਰੋ, ਇਸ ਪੈਟੀ ਨਾਲ ਆ, ਬਾਕੀ ਸਾਰੇ ਵੇਟ ਕਰ ਦੇ ਰਹੇ ਨੇ। ਕੁਝ ਪਾਰਟੀਆਂ ਉਹ ਬਣ ਰਹੇ ਜਿਹੜੇ ਵਿਦੇਸ਼ੀ ਨੇ ਕੋਲ ਹਿੰਦੁਸਤਾਨ ਦੀ ਸਿਆਸਤ ਤੇ ਕਬਜ਼ਾ ਕਰਨ ਵਾਲਾ ਕਹਿੰਦਾ, ਨਾਮ ਲਓ ਹਿੰਦੁਸਤਾਨ ਦੀ ਸਿਆਸਤ ਤੇ ਕਬਜ਼ਾ ਕਰਨ ਵਾਲੇ, ਜਿਆਦਾ ਨਾਮ ਲਓ ਭੜੀਏ ਨੇ, ਇਹ ਹੱਥ ਮਾਰ ਕੇ ਕੁਝ ਨਹੀਂ ਹੁੰਦਾ, ਇਹ ਧਰਮ ਹੈ, ਇਹ ਹੱਥ ਮਾਰ ਕੇ ਕੁਝ ਨਹੀਂ ਹੁੰਦਾ, ਨੀਤੀ ਨਹੀਂ ਆ, ਹੱਥ ਉੱਚੇ ਕਰੋ, ਧਰਮ ਦੀ ਰਾਜਨੀਤੀ ਨਹੀਂ ਆ, ਨਾਮ ਲੈ ਸਕਦੇ ਹੋ ਕ੍ਰਿਸਚਨ ਕਮਿਊਨਿਟੀ ਦਾ, ਨਾਮ ਧਿਆਨ ਦੇ ਨਾਲ ਤੇ ਕਹਿ ਰਹੇ ਕੀ ਕਰ ਰਹੇ ਨੇ, ਚਲੋ ਠੀਕ ਹੈ, ਥੋੜੀ ਵੇਟ ਕਰੇ, ਥੋੜੀ ਸਰ ਆਪਾਂ ਡਿਬੇਟ ਨੂੰ ਉਸ ਪਾਸੇ ਲੈ ਕੇ ਜਾਈਏ ਨਾ, ਇੱਕ ਸੈਕਿੰਡ ਸਰ, ਇੱਕ ਸੈਕਿੰਡ, ਦੋਵੇਂ ਪਾਸਾਂ ਦੀ ਸਟੇਟਮੈਂਟਸ ਆ ਰਹੀਆਂ ਨੇ। ਕਲੇਸ਼ ਸਾਹਿਬ, ਕਲੇਸ਼ ਸਾਹਿਬ, ਇਹ ਰੀਡਿਸਟ੍ਰੀਬਿਊਸ਼ਨ ਵਾਲਾ ਤੁਹਾਨੂੰ ਲੱਗਦਾ ਅਕਾਲੀ ਦਲ ਸੋਚਦਾ ਇਸ ਬਾਰੇ ਕਿ ਹਾਂ ਇਹ ਹੋਣਾ ਚਾਹੀਦਾ? ਥੋੜੇ ਖੜਿਆਲ ਸਾਹਿਬ ਜੋਸ਼ੀ ਵੇਟ ਕਰਿਓ, ਖੜਿਆਲ ਸਾਹਿਬ ਜੋਸ਼ੀ ਵੇਟ ਕਰਿਓ, ਨਹੀਂ ਇਸ ਤਰੀਕੇ ਨਾਲ ਲੋਕਾਂ ਤੱਕ ਗੱਲ ਨਹੀਂ ਪਹੁੰਚੇਗੀ। ਨਹੀਂ ਨਹੀਂ ਪਲੀਜ਼ ਥੋੜੀ ਵੇਟ ਕਰਿਓ, ਨਹੀਂ ਪਲੀਜ਼ ਥੋੜੀ ਵੇਟ ਕਰਿਓ ਸਰ ਜੀ, ਇੱਕ ਸਵਾਲ ਦਾ ਮੈਂ ਜਵਾਬ ਜ਼ਰੂਰ ਦੇਣਾ ਚਾਹਾਂਗਾ। ਇਹ ਬਾਤ ਮੈਂ ਇੱਕੋ ਗੱਲ ਕਹੀ ਆ, ਉਹ ਘੁਸਪੈਠੀਏ ਕੌਣ ਨੇ ਜਿਹੜੇ ਦੇਸ਼ ਦਰੋਹੀ ਨੇ? ਨਾਮ ਲਓ, ਨਾਮ ਲਓ ਨਾ, ਉਹ ਬਹੁਤ ਵੱਡੀ ਗਿਣਤੀ ਚ ਨੇ, ਮੋਦੀ ਸਾਹਿਬ ਤਾਂ ਕਹਿ ਰਹੇ ਨੇ ਲੈ ਕੇ ਆਏ ਨੇ, ਮੋਦੀ ਸਾਹਿਬ ਨੂੰ ਡਿਫੈਂਡ ਕਰੋਗੇ? ਤੁਸੀਂ ਜਿਹੜਾ ਨਾ ਹਰੀ ਕਰਾਮ ਦੇ ਨਾਮ ਲਈ ਇਹ ਝਗੜਾ, ਇਹ ਝਗੜਾ ਮੈਂ ਕਹਿੰਦਾ ਇਹ ਝਗੜਾ ਉਹ ਹੈਗੀ ਆ, ਨਾਮ ਲੱਗ ਜੂ, ਨਾਮ ਲਓ, ਠੀਕ ਹੈ, ਲਓ ਨਾ, ਵੇਟ ਕਰੋ ਇੱਕ ਸੈਕਿੰਡ, ਲਓ ਨਾ, ਸੈਕਿੰਡ ਵੇਟ ਕਰੋ, ਵੇਟ ਕਰੋ, ਥੋੜੇ ਵੇਟ ਕਰੋ, ਕਲੇਰ ਸਾਹਿਬ ਥੋੜੇ ਵੇਟ ਕਰਿਓ, ਖੜਿਆਲ ਜੀ ਥੋੜੀ ਵੇਟ ਕਰਿਓ, ਜੋਸ਼ੀ ਸਾਹਿਬ ਤੁਸੀਂ ਵੀ, ਕਲੇਰ ਸਾਹਿਬ, ਇਹ ਰੀਡਿਸਟ੍ਰੀਬਿਊਸ਼ਨ ਵਾਲਾ ਤੁਹਾਨੂੰ ਲੱਗਦਾ ਕਿ ਜ਼ਰੂਰਤ ਇਸ ਸਮੇਂ ਦੇਸ਼ ਦੇ ਵਿੱਚ ਹੈ, ਤੇ ਕੀ ਰੀਡਿਸਟ੍ਰੀਬਿਊਸ਼ਨ ਸਿਰਫ ਉਹਨਾਂ ਲੋਕਾਂ ਤੱਕ ਸੀਮਿਤ ਰਹਿ ਜਾਏਗੀ ਜਿਹੜੇ ਬਹੁਤ ਵੱਡੇ ਇਸ ਸਮੇਂ ਕਾਰਪੋਰੇਟ ਜਾਂ ਫਿਰ ਵਪਾਰੀ ਨੇ ਦੇਸ਼ ਦੇ ਵਿੱਚ? ਇਹ ਰਾਹੁਲ ਗਾਂਧੀ ਦੀ ਸਟੇਟਮੈਂਟ ਦੀ ਚਰਚਾ ਵੀ ਹੋ ਰਹੀ ਹੈ। ਗੌਰਵ ਜੀ, ਕੀ ਇਸ ਦੇਸ਼ ਲਈ ਸ਼ਰਮਨਾਕ ਨਹੀਂ ਕਿ ਇੰਨੇ ਸਾਲ ਆਜ਼ਾਦੀ ਨੂੰ ਬੀਤ ਗਏ, ਅੱਜ ਵੀ ਡਿਸਕਸ਼ਨ ਦਾ, ਡਿਬੇਟ ਦਾ ਟੌਪਿਕ ਇਹ ਹੈ ਕਿ ਜੀ ਉਰੇ ਸਾਰੇ ਧਰਮਾਂ ਨੂੰ ਸਤਿਕਾਰ ਮਿਲੂਗਾ ਕਿ ਨਹੀਂ ਮਿਲੂਗਾ, ਦੋ ਪਾਰਟੀਆਂ ਦਾ ਇੱਕ ਦੂਜੇ ਤੇ ਤੂੰ ਤੂੰ ਮੈਂ ਕਰਨਾ? ਔਰ ਅੱਜ ਮੈਂ ਫਿਰ ਦੁਬਾਰਾ ਇਹ ਗੱਲ ਪੁੱਛਦਾ ਕਿ ਰੀਡਿਸਟ੍ਰੀਬਿਊਸ਼ਨ ਦੀ ਗੱਲ ਹੋ ਰਹੀ ਹੈ, ਇਹ ਗੱਲ ਹੋਈ ਕਿ ਜੀ 40% ਜਿਹੜੀ ਵੈਲਥ ਆ ਉਹ 1% ਲੋਕਾਂ ਕੋਲ ਕੰਸੈਂਟ੍ਰੇਟਿਡ ਹੈ, ਤਾਂ ਫਿਰ ਇਸ ਗੱਲ ਦੀ ਜਵਾਬਦੇਹੀ ਉਹ ਲੋਕਾਂ ਦੀ ਵੀ ਹੈ
ਕਿ ਜਿਹਨਾਂ ਦੀ ਇਸ ਦੇਸ਼ ਦੇ ਵਿੱਚ ਸਰਕਾਰ ਲੰਬਾ ਸਮਾਂ ਰਹੀ ਹੈ, ਕੀ ਕਾਂਗਰਸ ਹੁਣ ਨਵੀਂ ਸਰਕਾਰ ਚੋਣ ਜਾ ਰਹੀ ਹੈ? ਤਾਂ ਅਗਰ ਅੱਜ ਜੇ 40% ਵੈਲਥ 1% ਕੋਲੇ ਇੱਕ ਤਾਂ ਆਪਾਂ ਕਹਿੰਦੇ ਹਾਂ ਕਿ ਹੈਗੀ ਹੈ, ਤਾਂ ਉਹਦੇ ਲਈ ਤਾਂ ਕਾਂਗਰਸ ਵੀ ਜ਼ਿੰਮੇਵਾਰ ਹੈ, ਕਿਉਂਕਿ ਲੰਬਾ ਸਮਾਂ ਉਰੇ ਕਾਂਗਰਸ ਦਾ ਛੱਡੋ ਇੱਕ ਪਰਿਵਾਰ ਦਾ ਹੀ ਰਾਜ ਰਿਹਾ, ਤਾਂ ਕੀ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਕਿ ਹੁਣ ਕੋਈ ਨਵੀਂ ਚੀਜ਼ ਕਰਨ ਜਾ ਰਹੇ ਨੇ? ਪਰ ਅੱਜ ਦੇਸ਼ ਦੇ ਵਿੱਚ ਸਵਾਲ ਇਹ ਉੱਠਦਾ ਕਿ ਕੀ ਬਾਬਾ ਸਾਹਿਬ ਅੰਬੇਦਕਰ ਨੇ ਇਸ ਦਿਨ ਦੇ ਲਈ ਇਹ ਸੰਵਿਧਾਨ ਬਣਾਇਆ ਸੀ? ਕਿ ਅਸੀਂ ਉਹ ਸੰਵਿਧਾਨ ਦੀਆਂ ਧੱਜੀਆਂ ਨਹੀਂ ਉਡਾ ਰਹੇ ਉਰੇ ਬੈਠ ਕੇ, ਔਰ ਮਾਇਨੋਰਟੀਜ਼ 'ਤੇ ਜ਼ੁਲਮ ਦੀ ਗੱਲ ਕਰਦੇ ਹਾਂ? ਮੇਰਾ ਪਹਿਲਾ ਸਵਾਲ ਇਹ ਹੈ ਕਿ ਕਾਂਗਰਸ ਬਰੀ ਨਹੀਂ ਹੋ ਜਾਂਦੀ? ਮਾਇਨੋਰਟੀਜ਼ 'ਤੇ ਜ਼ੁਲਮ ਹੋਇਆ, ਸਿੱਖਾਂ ਦੇ ਉੱਤੇ ਜ਼ੁਲਮ ਹੋਇਆ, ਅਕਾਲ ਤਖਤ ਸਾਹਿਬ ਢਾਈ ਢੇਰੀ ਕੀਤਾ ਗਿਆ, ਦਿੱਲੀ ਜੋ 84 ਸਿੱਖ ਨਸਲ ਕੁਸ਼ੀ ਹੋਈ ਹੈ, ਉਹ ਸਾਰਾ ਕੁਛ ਹੋਇਆ। ਪਰ ਅਸੀਂ ਤਾਂ ਫਿਰ ਦੁਬਾਰਾ ਕਹਿੰਦੇ ਹਾਂ ਕਿ ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਮਨੂ ਸਾਨੂੰ ਵੱਢਦਾ ਸੀ ਦੂਣ ਸਵਾਣੇ ਹੋਏ। ਮਾਇਨੋਰਟੀਜ਼ ਨੇ ਖੜੇ ਹੋਣਾ, ਮਾਇਨੋਰਟੀਜ਼ ਦੇਸ਼ ਭਗਤ ਨੇ, ਉਹ ਸਾਰਿਆਂ ਦਾ ਸਾਂਝਾ ਦੇਸ਼ ਹੈ। ਪਰ ਸਵਾਲ ਤਾਂ ਖੜਾ ਹੈ ਕਿ ਜਿਹੜੇ ਹੁਕਮਰਾਨ ਬੈਠੇ ਨੇ, ਮੇਰਾ ਅੱਜ ਸਵਾਲ ਅੱਜ ਦੇ ਹੁਕਮਰਾਨ ਨੂੰ ਹੈ, ਕਾਂਗਰਸ ਨੇ ਜੋ ਕੀਤਾ ਕਾਂਗਰਸ ਭੁਗਤਿਆ ਭੁਗਤ ਰਹੀ ਹੈ, ਪਰ ਹੁਣ ਮੋਦੀ ਸਾਹਿਬ ਅਗਰ ਉਸ ਰਾਹ ਤੇ ਚੱਲਦੇ ਨੇ, ਮੋਦੀ ਸਾਹਿਬ ਅਗਰ ਐਸੇ ਬਿਆਨ ਦੇਣਗੇ, ਦੱਸੋ ਜੀ ਅੱਜ ਜਦੋਂ ਤੁਸੀਂ ਚੋਣ ਦੇ ਵਿੱਚ ਜਾ ਰਹੇ ਹੋ 10 ਸਾਲਾਂ ਦੀ ਸਰਕਾਰ ਦੇ ਬਾਅਦ, ਕੀ ਅੱਜ ਇੱਕੋ ਏਜੰਡਾ ਰਹਿ ਗਿਆ ਮੰਗਲ ਸੂਤਰ ਤੁਹਾਡੇ ਕੋਲ? ਦੇਸ਼ ਨੂੰ ਦੱਸਣ ਨੂੰ ਪ੍ਰਾਪਤੀਆਂ ਘੱਟ ਗਈਆਂ, ਮੈਂ ਪੋਲੀਟੀਕਲ ਪਾਰਟੀਆਂ ਸਾਰੀਆਂ ਨੂੰ ਪੁੱਛਦਾ। ਸੋ ਗੱਲ ਤਾਂ ਇਹ ਹੈ ਕਿ ਜੇ ਅਗਰ ਅੱਜ ਵੀ ਆਜ਼ਾਦੀ ਤੋਂ ਇੰਨੇ ਸਾਲ ਬਾਅਦ ਅਸੀਂ ਮਾਇਨੋਰਟੀਜ਼ ਦੇ ਵਿੱਚ ਵਿਸ਼ਵਾਸ ਨਹੀਂ ਜਗਾ ਪਾ ਰਹੇ, ਅਸੀਂ ਐਸੇ ਬਿਆਨ ਦੇਵਾਂਗੇ ਜਿਹੜੇ ਮਾਇਨੋਰਟੀਜ਼ ਨੂੰ ਨਿਰਾਸ਼ ਕਰਦੇ ਨੇ, ਤਾਂ ਸ਼੍ਰੋਮਣੀ ਅਕਾਲੀ ਦਲ ਕਰੜੇ ਸ਼ਬਦਾਂ ਦੇ ਵਿੱਚ ਪ੍ਰਧਾਨ ਮੰਤਰੀ ਦੇ ਬਿਆਨ ਦੀ ਨਿਖੇਧੀ ਕਰਦਾ, ਤੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਪ੍ਰਧਾਨ ਮੰਤਰੀ ਸਾਹਿਬ ਤੁਹਾਨੂੰ ਐਸੇ ਸ਼ਰਮਨਾਕ ਬਿਆਨ ਤੋਂ ਮੈਨੂੰ ਲੱਗਦਾ ਮਾਫੀ ਮੰਗਣੀ ਚਾਹੀਦੀ ਹੈ ਦੇਸ਼ ਤੋਂ, ਤੁਹਾਨੂੰ ਨਹੀਂ ਐਸੇ ਬਿਆਨ ਦੇਣੇ ਚਾਹੀਦੇ। ਮੈਂ ਆ ਰਿਹਾ ਤੁਹਾਡੇ ਤੋਂ ਇੱਕ ਛੋਟੀ ਸਟੇਟਮੈਂਟ ਲਵਾਂਗਾ ਕਿਉਂਕਿ ਸਮਾਂ ਵੀ ਖਤਮ ਹੋ ਚੱਲਿਆ। ਸੰਘੇੜਾ ਸਾਹਿਬ, ਇੱਕ ਕਾਸਟ ਸੈਂਸਸ ਦਾ ਬਹੁਤ ਜ਼ਿਕਰ ਹੋ ਰਿਹਾ ਹੈ ਕਿ ਉਸਦੇ ਉੱਤੇ ਆਮ ਆਦਮੀ ਪਾਰਟੀ ਨੂੰ ਵੀ ਲੱਗਦਾ ਕਿ ਫੋਕਸ ਕਰਨ ਦੀ ਜ਼ਰੂਰਤ ਹੈ, ਔਰ ਦੂਜਾ ਪੁਆਇੰਟ ਇਹ ਹੈ ਕਿ ਜੇ ਕਾਸਟ ਸੈਂਸਸ ਹੁੰਦਾ ਤਾਂ ਉਸ ਤੋਂ ਬਾਅਦ ਕੀ ਦੇਸ਼ ਦੀ ਜਿਹੜੀ ਸੰਪੱਤੀ ਹੈ, ਨੌਕਰੀਆਂ, ਉਹ ਕਾਸਟ ਸੈਂਸਸ ਦੇ ਹਿਸਾਬ ਦੇ ਨਾਲ ਹੀ ਫਿਰ ਵੰਡੀਆਂ ਜਾਣਗੀਆਂ ਜਾਂ ਵੰਡੀਆਂ ਜਾਣੀਆਂ ਚਾਹੀਦੀਆਂ ਨੇ? ਗੌਰਵ ਸ਼ੁਕਲਾ ਜੀ, ਦੇਖੋ ਆਪਣਾ ਜਿਹੜਾ ਕੰਟਰੀ ਹੈ ਓਵਰ ਪਾਪੂਲੇਟਡ ਕੰਟਰੀ ਹੈ, ਬਹੁਤ ਵੱਡਾ ਹਿੱਸਾ ਲੋਕਾਂ ਦਾ ਉਹ ਗਰੀਬੀ ਦੀ ਰੇਖਾ ਤੋਂ ਥੱਲੇ ਰਹਿ ਰਿਹਾ ਹੈ। ਇਹ ਨਫ਼ਰਤ ਦੀ ਰਾਜਨੀਤੀ ਕਰ ਰਹੀ ਹੈ ਬੀਜੇਪੀ, ਮੇਰੇ ਕੋਲ ਇੰਨਾ ਟਾਈਮ ਨਹੀਂ ਹੈ, ਨਹੀਂ ਤਾਂ ਮੈਂ ਸਾਰਾ ਇਹਨਾਂ ਦੇ ਖੱਖੜੀਆਂ ਵਾਂਗੂ ਫਰੋਲ ਦਊਂਗਾ। ਜੋਸ਼ੀ ਸਾਹਿਬ ਬੜੀ ਸ਼ਰਾਰਤ ਨਾਲ ਹਿਸਟਰੀ ਦੱਸਣ ਦੇ ਚੱਕਰ 'ਚ ਆਪਣਾ ਵਧੀਆ ਵਧੀਆ ਲੈਕਚਰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਉਸ ਮੁੱਦੇ ਤੇ ਨਹੀਂ ਆ ਰਹੇ ਕਿ ਇਹ ਜੋ ਪ੍ਰਾਈਮ ਮਿਨਿਸਟਰ ਦਾ ਭਾਸ਼ਣ ਹੈ ਇਹ ਜਾਤ ਪਾਤ ਦੇ ਆਧਾਰ ਤੇ, ਧਰਮ ਦੇ ਆਧਾਰ ਤੇ ਲੋਕਾਂ 'ਚ ਵੰਡੀਆਂ ਪਾ ਕੇ ਵੋਟਾਂ ਪਟੋਰਨ ਦੀ ਗੱਲ ਹੈ, ਕਿਉਂਕਿ ਸਿਲੰਡਰ ਤਾਂ 300-400% ਵੱਧ ਗਿਆ, ਹਰ ਇੱਕ ਚੀਜ਼ ਇੰਨੀ ਮਹਿੰਗੀ ਹੋ ਗਈ ਆ। ਆਮ ਲੋਕਾਂ ਲਈ ਘਰ ਦੀ ਗੱਲ ਇਹਨਾਂ ਨੇ ਕੋਈ ਪ੍ਰੋਵਾਈਡ ਨਹੀਂ ਕੀਤਾ, ਰੁਜ਼ਗਾਰ ਦਿੱਤਾ ਨਹੀਂ ਹੈ, ਗੱਲ ਤਾਂ ਇੱਥੋਂ ਸ਼ੁਰੂ ਹੁੰਦੀ ਆ, ਹੋਸਪਿਟਲ ਸੁਧਾਰੇ ਨਹੀਂ ਹੈ, ਐਜੂਕੇਸ਼ਨ ਸਿਸਟਮ ਦਾ ਸਤਿਆਨਾਸ਼ ਹੋ ਗਿਆ, ਜਿਹੜੇ ਸੰਵਿਧਾਨ ਨੂੰ ਇਹ ਪਾਰਟੀ ਤੋਂ ਖਤਰਾ ਆ ਭਾਰਤੀ ਜਨਤਾ ਪਾਰਟੀ ਤੋਂ, ਇਸੇ ਹੀ ਕਰਕੇ ਇੰਡੀਆ ਗੱਠਜੋੜ ਹੋਂਦ ਵਿੱਚ ਆਇਆ ਆ, ਹਿਟਲਰ ਸ਼ਾਹੀ ਇਹਨਾਂ ਚੋਂ ਝਲਕਦੀ ਹੈ। ਸੋ ਇਸ ਵੇਲੇ ਜੇ ਇੰਡੀਆ ਨੂੰ ਖਤਰਾ ਆ, ਸਭ ਤੋਂ ਵੱਧ ਖਤਰਾ ਜਮਹੂਰੀਅਤ ਨੂੰ ਤੇ ਸੰਵਿਧਾਨ ਨੂੰ ਖਤਰਾ ਆ ਭਾਰਤੀ ਜਨਤਾ ਪਾਰਟੀ, ਕਿਉਂਕਿ ਇਹਨਾਂ ਨੇ ਗਰੀਬੀ ਨਾਲ ਲੜਨ ਦਾ ਤੇ ਇਹ ਵੱਖਵਾਦੀਆਂ ਨਾਲ ਲੜਨ ਦਾ ਦੂਸਰਾ ਤੀਸਰਾ ਸਾਰੇ ਰਾਹ ਛੱਡ ਕੇ ਨਫ਼ਰਤ ਦੀ ਰਾਜਨੀਤੀ ਕਰਨ ਲੱਗ ਗਏ ਆ। ਠੀਕ ਹੈ, ਚਲੋ ਮੈਂ ਤੁਹਾਡਾ ਪੁਆਇੰਟ ਆ ਗਿਆ, ਮੈਂ ਜਵਾਬ ਜ਼ਰੂਰ ਲੈਣਾ, ਥੋੜਾ ਥੋੜਾ ਟਾਈਮ ਜ਼ਰੂਰ ਦੇਵਾਂਗਾ ਖੜਿਆਲ ਸਾਹਿਬ ਤੇ ਜੋਸ਼ੀ ਨੂੰ। ਦੇਖੋ ਬੀਜੇਪੀ ਦਾ ਇੱਕ ਪੈਟਰਨ ਰਿਹਾ, ਇੱਕ ਹਿਸਟਰੀ ਰਹੀ ਹੈ, ਇਹਨਾਂ ਨੇ ਸਾਡੇ ਕਿਸਾਨਾਂ ਨੂੰ ਲੇਬਲ ਕੀਤਾ, ਦੇਸ਼ ਦੇ ਅੰਨਦਾਤਾ ਨੂੰ ਟੈਰਰਿਸਟ ਕਿਹਾ, ਇਹਨਾਂ ਨੇ ਉਹਨਾਂ ਨੂੰ ਖਾਲਿਸਤਾਨੀ ਕਿਹਾ, ਇੱਥੋਂ ਤੱਕ ਕਿ ਇਹਨਾਂ ਨੇ ਇੱਕ ਫੈਲੋ MP ਨੂੰ ਪਾਰਲੀਮੈਂਟ ਦੇ ਵਿੱਚ ਟੈਰਰਿਸਟ ਕਹਿਤਾ ਸੀਗਾ ਜਸਟ ਬਿਕੋਜ਼ ਹੀ ਬਿਲੋਂਗ ਟੂ ਅ ਡਿਫਰੈਂਟ ਕਮਿਊਨਿਟੀ, ਤੇ ਇਹਨਾਂ ਦੇ ਲੀਡਰ ਰਾਜਸਥਾਨ 'ਚ ਇਹ ਤਾਂ ਕਹਿ ਗਏ ਸੀਗੇ ਵੀ ਜੇ ਸਰਕਾਰ ਬਣ ਗਈ
ਗੁਰਦੁਆਰੇ ਹਟਾ ਦਾਂਗੇ, ਮੌਸਕ ਹਟਾ ਦਾਂਗੇ। ਮੈਂ ਨਿੰਦਾ ਕਰਦਾ ਇਹ ਕਿ ਚਲੋ ਮੈਂ ਮੇਰਾ ਇੱਕ ਬਹੁਤ ਛੋਟਾ ਜਿਹਾ ਸਵਾਲ ਹੈ, ਆਪਾਂ ਇੱਥੇ ਵਾਈਂਡ ਅਪ ਕਰਦੇ ਹਾਂ। ਤੇ ਮੈਂ ਉਹਨਾਂ ਦੀ ਵੀ ਨਿੰਦਾ ਕਰਦਾ, ਤੁਸੀਂ ਕਲੀਅਰ ਕਰੋ, ਤੁਸੀਂ ਕਲੀਅਰ ਕਰੋ ਕਿ ਜੇ ਸੈਂਸਸ ਇੰਡੀਆ ਕਾਸਟ ਸੈਂਸਸ ਇੰਡੀਆ ਦੇ ਵਿੱਚ ਦੁਬਾਰਾ ਦੇਸ਼ ਦੇ ਵਿੱਚ ਕਰਵਾਇਆ ਜਾਂਦਾ ਹੈ ਤਾਂ ਉਸ ਦਾ ਮਤਲਬ ਕੀ ਹੋਏਗਾ ਕਿ ਜਿਹੜੀ ਲੋਕਾਂ ਦੀ ਸੰਪਤੀ ਹੈ ਉਸ ਨੂੰ ਦੁਬਾਰਾ ਡਿਸਟ੍ਰੀਬਿਊਟ ਕਰਨ ਦੀ ਕੋਈ ਪਲੈਨਿੰਗ ਹੈ ਜਾਂ ਕਿਵੇਂ ਤੁਸੀਂ ਰੀਡਿਸਟ੍ਰੀਬਿਊਟ ਦੁਬਾਰਾ ਵੰਡਣ ਦੀ ਗੱਲ ਕਿਵੇਂ ਕਹਿੰਦੇ ਹੋ? ਮੈਂ ਦੱਸਦਾ ਕਿਵੇਂ ਗੌਰਵ ਜੀ, ਬਸ ਥੋੜਾ ਛੋਟਾ ਜਿਹਾ ਰੱਖਿਓ ਸਵਾਲ, ਜਵਾਬ ਮੇਰੇ ਕੋਲ ਸਮਾਂ। ਕੀਪ ਇਟ ਵੈਰੀ ਵੈਰੀ ਬਰੀਫ ਜੀ, ਬਿਫੋਰ ਆਈ ਟੱਚ ਅਪਨ ਦੈਟ ਮੈਂ ਕਲੀਅਰ ਸਾਹਿਬ ਦੀ ਗੱਲ ਦਾ ਵੀ ਜਵਾਬ ਦੇਵਾਂ। ਇਹਨਾਂ ਨੇ ਪਰਿਵਾਰਵਾਦ ਦੀ ਗੱਲ ਕੀਤੀ, ਮੈਂ ਇੱਕੋ ਗੱਲ ਕਹੂੰਗਾ ਕਿ ਬੀਜੇਪੀ ਦੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰੀ ਆਪਦੇ ਗਿਰੇਬਾਨ ਝਾਕ ਲਿਆ ਕਰਨ, ਬਾਦਲ ਸਾਹਿਬ, ਸੁਖਬੀਰ ਬਾਦਲ ਸਾਹਿਬ, ਮੈਡਮ ਬਾਦਲ, ਮਜੀਠੀਆ ਸਾਹਿਬ, ਮੈਂ ਅੱਗੇ ਵਧਦੇ ਚਲਾ ਜਾ ਸਕਦਾ। ਤੁਸੀਂ ਜ਼ਿਕਰ ਕਰ ਰਹੇ ਹੋ ਕਹਿੰਦੇ ਤੁਹਾਡੀ ਸੱਤਾ ਦੇ ਵਿੱਚ ਸੀਗੇ, ਮੈਂ ਦੱਸਦਾ ਨਾ ਉਸ ਟਾਈਮ ਵੀ ਤੁਸੀਂ ਕਰ ਸਕਦੇ। ਨਹੀਂ ਨਹੀਂ ਗੱਲ ਇਹ ਹੈ, ਗੱਲ ਲੈਕਚਰ ਦੀ ਹੈ, ਹੁਣ ਬੀਜੇਪੀ ਨੇ ਵੀ ਲੈਕਚਰ ਦਿੱਤਾ ਹੈ। ਇਹਨਾਂ ਨੂੰ ਪੁੱਛੋ ਜੋਤੀਰਾਦਿੱਤਿਆ ਸਿੰਧਿਆ, ਜੇ ਸ਼ਾਹ ਸਾਹਿਬ, ਅਨੁਰਾਗ ਠਾਕੁਰ ਸਾਹਿਬ, ਨਿਰਮਲ ਸੀਤਾਰਮਨ ਜੀ, ਪਿਊਸ਼ ਗੋਇਲ ਜੀ, ਧਰਮਿੰਦਰ ਪ੍ਰਧਾਨ ਜੀ, ਇਹ ਪਰਿਵਾਰਵਾਦ ਨਹੀਂ ਦਾ ਹੈ ਕਿ ਉਹਨਾਂ ਨੂੰ ਪਰਿਵਾਰ ਨੂੰ ਟਿਕਟਾਂ ਕਿਉਂ ਦੇ ਰਹੇ ਹੋ? ਦੇਖੋ ਖੜਿਆਲ ਸਾਹਿਬ, ਮੇਰਾ ਸਵਾਲ ਤਾਂ ਤੁਸੀਂ ਜਵਾਬ ਦੇ ਦਿਓ, ਲੋਕ ਸੁਣ ਰਹੇ ਨੇ ਕਿਉਂ ਦੇ ਰਹੇ ਹੋ ਯਾਰ? ਤੁਹਾਡੀ ਪ੍ਰੋਬਲਮ ਪਤਾ ਕੀ ਹੈ? ਤੁਸੀਂ ਸਵਾਲ ਪੁੱਛਣਾ ਨਹੀਂ ਚਾਹੁੰਦੇ, ਤੁਸੀਂ ਬੋਲਣਾ ਚਾਹੁੰਦੇ ਹੋ ਕੀ? ਕਾਂਗਰਸ ਨੇ 50 ਸਾਲ ਰਾਜ ਨਹੀਂ ਕੀਤਾ, ਕੀ ਨਹਿਰੂ ਪਰਿਵਾਰ ਨੇ ਰਾਜ ਨਹੀਂ ਕੀਤਾ? ਸੁਖਬੀਰ ਬਾਦਲ ਸਾਹਿਬ, 40% ਦੀ ਪਰਿਵਾਰਵਾਦ ਤੇ ਲੈਕਚਰ ਦੇ ਰਹੇ ਹੋ ਤਾਂ ਪਰਿਵਾਰਵਾਦ ਤੁਹਾਡੀ ਪਾਰਟੀ ਚ ਫੋਲੋ ਹੋ ਰਹੀ ਹੈ। ਬੋਲੀ ਜਾ, ਤੁਹਾਡੀ ਪਰਿਵਾਰਵਾਦ ਬੋਲੀ ਜਾ, ਪਾਰਟੀ ਚ ਇਹਨੂੰ ਕਲੀਆਂ ਨੂੰ ਬੁਲਾ ਲਿਆ ਕਰੋ ਜੀ। ਮੈਂ ਕਹਿੰਦਾ ਬੀਜੇਪੀ ਐਸਿਡ, ਚਲੋ ਛੋੜ ਯਾਰ, ਚਲੋ ਠੀਕ ਹੈ, ਤੁਹਾਡਾ ਨਹੀਂ ਉਹ ਸਟੈਂਡ ਕਰਦਾ ਹੁਣ ਵੀ ਸਵਾਲ ਖੜਿਆਲ ਸਾਹਿਬ, ਉਹ ਸਵਾਲ ਹੁਣ ਵੀ ਸਟੈਂਡ ਕਰਦਾ, ਇਹ ਸਵਾਲ ਹੁਣ ਵੀ ਸਟੈਂਡ ਕਰਦਾ। ਠੀਕ ਹੈ ਠੀਕ ਹੈ, ਜੋਸ਼ੀ ਕੰਪਲੀਟ ਕਰੋ, 10 ਸੈਕਿੰਡ ਮੇਰੇ ਕੋਲ ਜੋਸ਼ੀ, ਖੜਿਆਲ ਸਾਹਿਬ ਵੇਟ ਕਰਿਓ। ਠੀਕ ਹੈ ਖੜਿਆਲ ਸਾਹਿਬ, ਤੁਹਾਡੀ ਗੱਲ ਹੋ ਗਈ ਜੋਸ਼ੀ ਦੇ ਵਿੱਚ। ਸਭ ਤੋਂ ਜੇ ਕੋਈ ਮੈਂ ਇੱਕ ਇਦਾਂ ਦਾ ਪ੍ਰਧਾਨ ਮੰਤਰੀ ਇਹ ਜਿਹਦੀ ਬੜੀ ਬਤਰੀਫ ਕਰਦੇ ਨੇ ਜੀ, ਉਹਨਾਂ ਨੇ ਆਹ ਕਿਹਾ, ਮਨਮੋਹਨ ਸਿੰਘ ਜੀ ਨੇ ਉਹ ਕਿਹਾ, ਜਿਸ ਬੰਦੇ ਨੂੰ ਇਹ ਨਹੀਂ ਪਤਾ ਵੀ ਸਰਕਾਰੀ ਨੌਕਰੀਆਂ ਰੀਆਰਗਨਾਈਜ਼ ਕਿੱਦਾਂ ਕਰਨੀਆਂ, ਜਿਹੜਾ ਡਿਵੈਲਪਿੰਗ ਕੰਟਰੀ ਹੋਵੇ ਡਿਵੈਲਪ ਹੋਵੇ। ਯਾਰ ਪਲੀਜ਼ ਗੱਲ ਕਰ ਲਾਂ, 2 ਕਰੋੜ ਜੌਬਸ ਕਿਨੇ ਕਿਹਾ ਸੀਗਾ? ਅੱਛਾ 2 ਕਰੋੜ ਜੌਬਸ ਸਾਡੀਆਂ ਬਣਨੀਆਂ ਸੀਗੀਆਂ, ਤੁਹਾਡੇ ਤੋਂ ਜੌਬਸ ਹੋਈਆਂ ਗਈਆਂ, ਦੁਨੀਆ ਦਾ ਦੂਰ ਦੀ ਗੱਲ। ਠੀਕ ਹੈ ਚਲੋ, ਮੇਰੇ ਕੋਲ ਸਵਾਲ ਖਤਮ ਹੋ ਚੱਲੇ, ਮੈਂ ਵਿਚਾਰੇ ਰੋਕ ਰਹੇ, ਮੈਨੂੰ ਵਾਈਂਡ ਅਪ ਕਰਨਾ ਹੋਏਗਾ। ਠੀਕ ਹੈ ਵਾਈਂਡ ਅਪ ਕਰਨਾ ਹੋਏਗਾ ਸਰ, ਠੀਕ ਹੈ। ਨਹੀਂ ਖੜਿਆਲ ਸਾਹਿਬ ਦੇਖੋ, ਉਹਨਾਂ ਨੂੰ ਬੋਲ ਲੈਣ ਦਿਓ, ਤੁਸੀਂ ਬਹੁਤ ਤਫਸੀਲ ਨਾਲ ਬਹੁਤ ਟਾਈਮ ਲਿਆ ਤੁਸੀਂ ਪ੍ਰੀ ਡਿਬੇਟ ਦੇ ਵਿੱਚ, ਉਹਨਾਂ ਨੂੰ ਆਪਣੀ ਗੱਲ ਰੱਖ ਲੈਣ ਦਿਓ। 2014 ਤੋਂ ਪਹਿਲਾਂ 11 ਕਰੋੜ ਲੋਕਾਂ ਦੇ PF ਕੱਟੇ ਜਾਂਦੇ ਸੀ, ਅੱਜ 26 ਕਰੋੜ ਲੋਕਾਂ ਦੇ PF ਕੱਟੇ ਜਾਂਦੇ ਆ। ਅਪਰੋਕਸੀਮੇਟਲੀ 2 ਕਰੋੜ ਨੌਕਰੀਆਂ ਨਹੀਂ ਦਿੱਤੀਆਂ ਗਈਆਂ, 1.5 ਕਰੋੜ ਦੇ ਲਾਗੇ ਦਿੱਤੀਆਂ ਗਈਆਂ। ਖੜਿਆਲ ਸਾਹਿਬ ਇੱਥੇ ਮੰਚ ਤੇ ਚੈਲੰਜ ਕਰਦਾ, ਜੇ ਡਾਟਾ ਗਲਤ ਹੋਊਗਾ ਨਾ ਤੇ ਮੈਨੂੰ ਇੱਥੇ ਲਿਆ ਕੇ ਚੈਲੰਜ ਕਰ ਦਿਓ। ਮੈਂ ਪਤਾ ਨਹੀਂ ਤੁਹਾਨੂੰ ਕੁਛ ਵੀ, ਮੈਂ ਕਹਿੰਦਾ ਜਿਹੜੇ ਜਿਹੜੇ ਪਤਾ ਨਹੀਂ ਤੁਸੀਂ ਦੱਸ ਦਿਓ ਨਾ ਕਿ ਰਿਪੋਰਟ ਦਾ, ਸਾਨੂੰ ਗੱਲ ਕਰਨ ਦੇਣੀ ਕਿ ਰਿਪੋਰਟ ਦਾ ਨਾਂ ਪੁੱਛ ਰਿਹਾ? ਨਹੀਂ ਹੁਣ ਪ੍ਰੋਗਰਾਮ ਖਤਮ ਹੋਣ ਵਾਲਾ, ਤੁਸੀਂ ਸਾਨੂੰ ਗੱਲ ਕਰ, ਰਿਪੋਰਟ ਦਾ ਨਾਂ ਦੱਸਣਾ ਤੁਸੀਂ? ਚਲੋ ਠੀਕ ਹੈ, ਮੈਂ ਇੱਕ ਮਿੰਟ ਸ਼ੁਕਲਾ ਜੀ ਜੀ ਜੀ, ਜੇ ਤੇ ਸਾਡੇ ਕੋਲ ਤੁਸੀਂ ਗੱਲ ਕਰਵਾਉਣੀ ਆ ਇਦਾਂ ਵਿੱਚ ਟਾਕ ਕਰਵਾਉਣੀ ਇਹਨਾਂ ਦੀ, ਤੇ ਫਿਰ ਤੁਸੀਂ ਜੇ ਹਵਾਈ ਗੱਲਾਂ ਹੋਣਗੀਆਂ ਤਾਂ ਫਿਰ ਜਵਾਬ ਤਾਂ ਤੁਹਾਡੇ ਤੋਂ ਮੰਗਾਂਗੇ ਤੁਸੀਂ। ਚਲੋ ਦੇਖੋ, ਗੱਲ ਇਹ ਕਿ ਜੇ ਆਪੋ ਆਪਣੀ ਵਾਰੀ ਦੇ ਵਿੱਚ ਬੋਲਿਆ ਜਾਵੇ ਤਾਂ ਜ਼ਿਆਦਾ ਬੈਟਰ। ਹੁਣ ਗੌਰਵ ਜੀ ਇੱਕੋ ਬੇਨਤੀ ਹੈ, ਬਹੁਤ ਬਹੁਤ ਰਿਪੋਰਟ ਕੋ ਦੇ ਨਾਲ ਰਿਪੋਰਟ ਦਾ ਦਰ ਰੱਖਦੇ ਹੋ ਔਰ ਸਾਡੀ ਗੌਰਵ ਜੀ ਆ ਰਹੇ ਹੋ ਐਸਡੀ ਬੀਜੇਪੀ ਇਕੱਠੇ ਟੈਗ ਖੇਡਦੇ ਆ ਡਿਬੇਟ ਚ, ਮੰਤਰੀ ਨੂੰ ਇਹ ਇੱਕ ਇੱਕ ਕਰਕੇ ਇਹਨਾਂ ਨੂੰ ਪਤਾ ਕਿ ਜਵਾਬ ਦਿੱਤਾ ਜਾਣਾ। ਸੁਣਾਈ ਮੈਂ ਗੱਲ ਕਰੀ, ਚਲੋ ਮੇਰੇ ਕੋਲ ਸਮਾਂ ਖਤਮ ਹੋ ਗਿਆ, ਚੰਗੀ ਗੱਲ ਹੈ, ਮੈਂ ਮਾਫੀ ਚਾਹੁੰਦਾ, ਵਾਈਂਡ ਅਪ ਕਰਾਂਗਾ ਮੈਂ। ਐਸਡੀ
ਸ਼ੁਕਰੀਆ, ਮੈਂ ਮਾਫੀ ਚਾਹ ਰਿਹਾ, ਠੀਕ ਹੈ, ਚਲੋ ਸ਼ੁਕਰੀਆ, ਸ਼ੁਕਰੀਆ ਬਹੁਤ ਜੀ। ਤਹਿਜ਼ੀਬ ਵਾਲੀ ਕਿਹੜੀ ਗੱਲ ਹੈ, ਬੀਜੇਪੀ ਸਰਕਾਰ ਤਹਿਜ਼ੀਬ ਕਰਦਾ, ਜਿਹੜੇ ਇਹ ਹੇਟ ਪੋਲਿਟਿਕਸ ਕਰ ਰਹੀ ਹੈ। ਚਲੋ ਸ਼ੁਕਰੀਆ, ਮੈਂ ਵਿਚਾਲੇ ਰੋਕ ਰਿਹਾ, ਮਾਫੀ ਚਾਹੂੰਗਾ, ਬਹੁਤ ਬਹੁਤ ਧੰਨਵਾਦ ਸਾਰਿਆਂ ਨਾਲ ਜੁੜਨ ਦੇ ਲਈ ਇਸ